ਸੱਭਿਆਚਾਰ ਰਸਮ ਰਿਵਾਜ ਦੀ ਜਦੋਂ ਗੱਲ ਆਉਂਦੀ ਹੈ ਤਾਂ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਦਾ ਉਹ ਖਜ਼ਾਨਾ ਜੋ ਅਸੀਂ ਸਾਂਭੀ ਬੈਠੇ ਹਾਂ ਆਪਣੇ ਜ਼ਿਹਨ ਦੇ ਨਾਲ ਨਾਲ ਘਰ ਦੀ ਬੈਠਕ ਦੀ ਪਰਛੱਤੀ 'ਤੇ ਉਹ ਵਿਰਾਸਤ ਅਤੇ ਉਹ ਖਜ਼ਾਨਾ ਜੋ ਹਰ ਕੋਈ ਸਾਂਭਣਾ ਚਾਹੁੰਦਾ ਹੈ ਪਰ ਸਾਂਭ ਉਹੀ ਸਕਿਆ ਜਿਸ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪੰਜਾਬ ਦੀ ਮਿੱਟੀ ਦੇ ਨਾਲ ਨਾਲ ਅਤੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਦੀ ਤਾਂਘ ਹੋਵੇ ਚਿਣਗ ਹੋਵੇ ਅਤੇ ਉਹ ਚਾਹੁੰਦਾ ਹੈ ਕਿ ਆਉਣ ਵਾਲੀਆਂ ਨਸਲਾਂ ਭਾਵ ਆਉਣ ਵਾਲੀਆਂ ਪੀੜ੍ਹੀਆਂ ਵੀ ਜਾਣੂ ਹੋਣ ਪੰਜਾਬ ਦੇ ਇਸ ਅਮੀਰ ਵਿਰਾਸਤ ਅਤੇ ਸਾਡੇ ਨਵੇਂ ਪ੍ਰੋਗਰਾਮ ਅਨਮੋਲ ਖਜ਼ਾਨਾ ਤੋਂ ਕੁਝ ਸ਼ਖਸੀਅਤਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਣੀ ਹੋਂਦ ਦਾ ਅਨੁਭਵ ਹੁੰਦਾ ਹੈ ਅਤੇ ਹੋਂਦ ਦਾ ਅਨੁਭਵ ਹੋਣਾ ਔਰ ਦੁਨੀਆ ਦੇ ਵਿੱਚ ਕੁਝ ਕਰਨਾ ਔਰ ਕੁਝ ਕਰਕੇ ਕੁਝ ਵੱਖਰਾ ਮੁਕਾਮ ਹਾਸਿਲ ਕਰਨਾ ਇਹ ਹਰ ਇੱਕ ਬੰਦੇ ਦੀ ਸੋਚ 'ਤੇ ਨਿਰਭਰ ਨਹੀਂ ਹੁੰਦਾ ਕਿਉਂਕਿ ਕੁਝ ਲੋਕ ਇਸ ਦੁਨੀਆ 'ਤੇ ਜਿਹੜੇ ਸਿਰਫ ਇਸੇ ਕਰਕੇ ਜਿਉਂਦੇ ਨੇ ਕਿ ਬਸ ਖਾਣ ਦੇ ਲਈ ਪੀਣ ਦੇ ਲਈ ਪਾਉਣ ਦੇ ਲਈ ਔਰ ਉਹਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਜਿੰਨੀਆਂ ਜ਼ਰੂਰਤਾਂ ਨੇ ਬਸ ਉਹਦੇ ਵਿੱਚ ਉਹਨਾਂ ਦਾ ਜਿਹੜਾ ਗੁਜ਼ਾਰਾ ਉਹ ਹੋ ਜਾਵੇ ਤਾਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਦੁਨੀਆ 'ਤੇ ਆਉਣਾ ਜਿਹੜਾ ਹੈਗਾ ਉਹ ਸਫਲਾ ਹੋ ਗਿਆ ਪਰ ਉਹਨਾਂ ਵਿੱਚੋਂ ਕੁਝ ਅਜਿਹੀਆਂ ਰੂਹਾਂ ਕੁਝ ਅਜਿਹੀਆਂ ਸ਼ਖਸੀਅਤਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਨਹੀਂ ਇਹ ਹਰ ਕੋਈ ਕੰਮ ਜਿਹੜਾ ਹੈ ਹਰ ਕਿਸੇ ਦੇ ਹਿੱਸੇ ਆਉਂਦਾ ਲੇਕਿਨ ਪਰਮਾਤਮਾ ਨੇ ਜੇਕਰ ਉਹਨਾਂ ਨੂੰ ਇਸ ਧਰਤੀ 'ਤੇ ਭੇਜਿਆ ਇਨਸਾਨੀ ਜਾਮੇ 'ਤੇ ਭੇਜਿਆ ਹੈ ਅਤੇ ਉਹਨਾਂ ਦੇ ਹੋਣ ਤੋਂ ਬਾਅਦ ਵੀ ਜੇਕਰ ਉਹ ਆਪਣਾ ਨਾਮ ਔਰ ਆਪਣੀ ਹਸਤੀ ਨੂੰ ਜਿਉਂਦਾ ਜਾਗਦਾ ਰੱਖਣਾ ਚਾਹੁੰਦੇ ਨੇ ਤਾਂ ਕੁਝ ਵੱਖਰਾ ਕਰਨਾ ਹੈ ਅਤੇ ਉਹਨਾਂ ਸ਼ਖਸੀਅਤਾਂ ਦੇ ਵਿੱਚੋਂ ਅਜਿਹੀਆਂ ਸ਼ਖਸੀਅਤਾਂ ਨੂੰ ਅਸੀਂ ਪ੍ਰੋਗਰਾਮ ਅਨਮੋਲ ਖਜ਼ਾਨਾ ਦੇ ਵਿੱਚ ਲੈ ਕੇ ਆਉਂਦੇ ਹਾਂ ਔਰ ਰਣਦੀਪ ਕੌਰ ਤੁਹਾਨੂੰ ਸਤਿ ਸ਼੍ਰੀ ਅਕਾਲ ਆਖਦੀ ਹੈ ਔਰ ਸਵਾਗਤ ਕਰਦੀ ਹੈ ਸ਼ੋਅ ਦੇ ਵਿੱਚ ਜਿਹਦਾ ਨਾਮ ਹੈ ਅਨਮੋਲ ਖਜ਼ਾਨਾ ਔਰ ਅੱਜ ਦੀ ਉਸ ਸ਼ਖਸੀਅਤ ਦੇ ਵੱਲ ਮੈਂ ਤੁਹਾਨੂੰ ਲੈ ਕੇ ਚੱਲਦੀ ਹਾਂ ਲੇਕਿਨ ਉਸ ਤੋਂ ਪਹਿਲੇ ਮੈਂ ਇਹ ਚਾਨਣਾ ਪਾ ਦੇਵਾਂ ਕਿ ਉਹਨਾਂ ਦਾ ਨਾਮ ਸਰਦਾਰ ਨਰਿੰਦਰ ਪਾਲ ਸਿੰਘ ਜੀ ਹੈ ਜੋ ਕਿ ਜਿਹਨਾਂ ਦਾ ਫੀਲਡ ਇੰਜੀਨੀਅਰ ਲਾਈਨ ਦੇ ਵਿੱਚ ਹੈ ਲੇਕਿਨ ਨਾਲ ਦੀ ਨਾਲ ਜਿਹੜੀ ਉਹਨਾਂ ਨੇ ਇੱਕ ਮੁਹਾਰਤ ਹਾਸਿਲ ਕੀਤੀ ਹੈ ਸਿੱਖ ਇਤਿਹਾਸ ਦੇ ਨਾਲ ਜੂੰਝਦੀਆਂ ਹਰ ਚੀਜ਼ਾਂ ਨੂੰ ਲੈ ਕੇ ਜੇ ਉਹ ਸਿੱਖ ਗ੍ਰੰਥਾਂ ਦੀ ਮੈਂ ਗੱਲ ਕਰਾਂ ਸਿੱਕਿਆਂ ਦੀ ਗੱਲ ਕਰਾਂ ਸਟੈਂਪਸ ਦੀ ਗੱਲ ਕਰਾਂ ਸਿੱਖ ਇਤਿਹਾਸ ਜਦੋਂ ਤੋਂ ਜਿਉਂਦਾ ਹੋਇਆ ਅਤੇ ਹੁਣ ਤੱਕ ਦਾ ਹਰ ਪੜਾਅ ਉਹਨਾਂ ਨੇ ਇਕੱਲੀ ਇਕੱਲੀ ਬਰੀਕੀ ਤੱਕ ਉਸ ਚੀਜ਼ ਨੂੰ ਪੜ੍ਹਿਆ ਹੈ ਸਮਝਿਆ ਹੈ ਔਰ ਉਸ ਚੀਜ਼ ਬਾਰੇ ਕਿੰਨਾ ਕੁ ਸਾਨੂੰ ਜਾਣੂ ਕਰਾਉਂਦੇ ਨੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਤੋਂ ਅਸੀਂ ਭਾਵੇਂ ਸਿੱਖ ਇਤਿਹਾਸ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਹਾਂ ਅਸੀਂ ਸਿੱਖ ਕੌਮ ਦੇ ਵਿੱਚ ਜੰਮੇ ਹੋਏ ਹਾਂ ਲੇਕਿਨ ਬਹੁਤ ਸਾਰੀਆਂ ਚੀਜ਼ਾਂ ਤੋਂ ਅਸੀਂ ਜਿਹੜੇ ਹੈਗੇ ਭੁੱਲੇ ਪਿਸਰੇ ਪਏ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਅੱਜ ਦੀ ਇਸ ਅੱਜ ਦਾ ਇਸ ਅਨਮੋਲ ਖਜ਼ਾਨਾ ਜਿਹੜਾ ਹੈਗਾ ਬਹੁਤ ਹੀ ਅਨਮੋਲ ਹੋਏਗਾ ਔਰ ਸਵਾਗਤ ਕਰਦੇ ਹਾਂ ਇੰਜੀਨੀਅਰ ਨਰਿੰਦਰ ਪਾਲ ਸਿੰਘ ਜੀ ਹੁਣਾਂ ਦਾ ਸਰ ਤੁਹਾਡਾ ਸਵਾਗਤ ਹੈ ਜੀ ਔਰ ਮਾਣ ਮਹਿਸੂਸ ਕਰਦੇ ਹਾਂ ਕਿ ਤੁਸੀਂ ਸਾਡੇ ਸ਼ੋਅ ਦੇ ਵਿੱਚ ਇੱਕ ਅਨਮੋਲ ਸ਼ਖਸੀਅਤ ਬਣੇ ਔਰ ਤੁਹਾਡੇ ਨਾਲ ਗੱਲਬਾਤ ਕਰਦਿਆਂ ਕਰਦਿਆਂ ਸਾਨੂੰ ਗ੍ਰੰਥਾਂ ਦੇ ਬਾਰੇ ਜਿਹੜੀ ਜਾਣਕਾਰੀ ਮਿਲੂਗੀ ਸਿੱਖ ਇਤਿਹਾਸ ਦੇ ਵਿੱਚ ਜੋ ਚੀਜ਼ਾਂ ਕਿਤੇ ਨਾ ਕਿਤੇ ਪਿੱਛੇ ਰਹਿ ਗਈਆਂ ਨੇ ਔਰ ਤੁਸੀਂ ਪਹਿਲੇ ਵੀ ਸਾਨੂੰ ਦੱਸ ਚੁੱਕੇ ਹੋ ਰਿਕਾਰਡਿੰਗ ਸ਼ੁਰੂ ਕਰਨ ਤੋਂ ਪਹਿਲੇ ਬਹੁਤ ਸਾਰੀਆਂ ਆਪਣੀਆਂ ਗੱਲਾਂ ਹੋਈਆਂ ਨੇ ਸੋ ਜਿਹੜੀ ਸ਼ੁਰੂਆਤ ਇਹ ਸ਼ੋਅ ਦੀ ਕਰਦੇ ਹਾਂ ਕਿ ਗ੍ਰੰਥਾਂ ਦੇ ਬਾਰੇ ਗ੍ਰੰਥਾਂ ਦੀ ਸਟਾਰਟਿੰਗ ਤੋਂ ਲੈ ਕੇ ਉਹਨਾਂ ਦੀ ਲੈਂਗੁਏਜ ਦੇ ਬਾਰੇ ਔਰ ਸਿੱਖ ਇਤਿਹਾਸ ਦਾ ਮਤਲਬ ਟਾਈਮ ਪੀਰੀਅਡ ਦੇ ਨਾਲ ਨਾਲ ਚੱਲ ਕੇ ਸਾਰੀ ਜਾਣਕਾਰੀ ਸਾਨੂੰ ਜ਼ਰੂਰ ਸਾਂਝੀ ਕਰੋ ਬਹੁਤ ਮਿਹਰਬਾਨੀ ਪਹਿਲਾਂ ਤਾਂ ਤੁਹਾਡੀ ਤੁਸੀਂ ਅੱਜ ਆਏ ਹੋ ਅਤੇ ਇੱਥੇ ਮੇਰੇ ਨਾਲ ਕੁਛ ਪਲ ਸਾਂਝੇ ਕਰ ਰਹੇ ਹੋ ਅੱਜ ਦਾ ਜਿਹੜਾ ਮੇਰਾ ਆਪਣਾ ਜਿਹੜੀ ਕੁਲੈਕਸ਼ਨ ਬਾਰੇ ਮੈਂ ਦੱਸਣਾ ਚਾਹੁੰਦਾ ਜਿਹੜੇ ਗ੍ਰੰਥਾਂ ਬਾਰੇ ਤੁਸੀਂ ਗੱਲ ਕੀਤੀ ਹੈ ਗ੍ਰੰਥ ਦਾ ਸਿੱਖ ਧਰਮ 'ਚ ਇੱਕ ਬਹੁਤ ਵੱਡਾ ਰੋਲ ਹੈ ਕਿ ਜਦੋਂ ਸਾਨੂੰ ਗੁਰੂ ਸਾਹਿਬ ਨੇ ਇੱਕ ਸੇਧ ਦਿੱਤੀ ਕਿ ਦੇਹਧਾਰੀ ਪਰੰਪਰਾ ਨੂੰ ਛੱਡ ਕੇ ਉਹਨਾਂ ਨੇ ਗੁਰੂਆਂ ਨੇ ਸਾਨੂੰ ਗ੍ਰੰਥ 'ਤੇ ਲੜ ਲਾਇਆ ਕਿ ਜਿਹੜੀ ਬਾਣੀ ਗੁਰੂ ਸਾਹਿਬ ਨੇ ਲਿਖੀ ਹੈ ਹੁਣ ਤੱਕ ਉਹ ਬਾਣੀ ਨੂੰ ਸਮਝੋ ਅਤੇ ਉਹਦੇ ਅਨੁਸਾਰ ਆਪਣਾ ਜੀਵਨ ਕਿਵੇਂ ਬਤੀਤ ਕਰਨਾ ਅਤੇ ਉਹ ਗ੍ਰੰਥਾਂ ਦੀ ਸੰਭਾਲ ਅਤੇ ਉਹਦੇ ਲਈ ਜਿਹੜੇ ਕੁਛ ਪਿਛਲੇ ਸਮੇਂ ਤੋਂ ਕੁਛ ਰੋਲ ਝੋਲਾ ਵੀ ਪਿਆ ਕਿ ਕੁਛ ਗੁਰਬਾਣੀ ਕਿੱਥੋਂ ਆਈ ਹੈ ਕਿਹਨੇ ਲਿਖੀ ਹੈ ਜਾਂ ਕਿਹੜੀ ਬਾਣੀ ਕਿਹਦੇ ਵੱਲੋਂ ਲਿਖੀ ਗਈ ਹੈ ਨਹੀਂ ਇਹ ਇੱਕ ਬਹੁਤ ਵੱਡਾ ਸਰੋਤ ਹੁੰਦਾ ਕਿ ਜਿਹੜੀਆਂ ਪੁਰਾਣੀਆਂ ਹੱਥ ਲਿਖਤਾਂ ਕੁਛ ਤਾਂ ਸਮੇਂ ਦੇ ਨਾਲ ਸਿੱਖਾਂ ਦੀ ਜੰਗ ਦੇ ਦੌਰਾਨ ਸਿੱਖ ਜੰਗੋ ਜਦਲ ਜਹਿਲ 'ਚ ਲੱਗੇ ਰਹੇ ਅਤੇ ਉਹਨਾਂ ਦੇ ਕਾਫੀ ਸਾਰੇ ਗ੍ਰੰਥ ਜਿਹੜੇ ਆ ਉਹ ਕਦੀ ਦਰਿਆਵਾਂ ਦੀ ਭੇਂਟ ਹੋ ਗਏ ਜਾਂ ਕੁਛ ਗ੍ਰੰਥ ਜਿਹੜੇ ਆ ਉਹ ਸਿੱਖ ਦੋਖੀਆਂ ਵੱਲੋਂ ਹੀ ਖਤਮ ਕਰਦੇ ਗਏ ਪਰ ਇਹਨਾਂ ਦੀ ਸੰਭਾਲ ਤਾਂ ਜ਼ਰੂਰੀ ਹੋ ਗਈ ਤਾਂ ਕਿ ਗੁਰਬਾਣੀ ਦੇ ਵਿਸ਼ੇ ਦੇ ਉੱਤੇ ਜਦੋਂ ਵੀ ਕਦੀ ਖੋਜ ਹੋਵੇ ਜਾਂ ਇਨ ਫਿਊਚਰ ਜੇ ਕੋਈ ਬੰਦਾ ਇਹ 'ਤੇ ਖੋਜ ਵੀ ਕਰਦਾ ਤਾਂ ਉਹ ਕਿਹੜੇ ਗੁਰੂ ਸਾਹਿਬ ਨੇ ਕਿਹੜੀ ਕਿਹੜੀ ਬਾਣੀ ਰਚੀ ਉਹ ਕਿਸ ਪੀਰੀਅਡ 'ਚ ਰਚੀ ਗਈ ਸਾਨੂੰ ਇਹਨਾਂ ਗ੍ਰੰਥਾਂ ਤੋਂ ਪਤਾ ਲੱਗਦਾ ਜਿਹੜੀਆਂ ਪੁਰਾਣੀਆਂ ਪੋਥੀਆਂ ਉਹਦੀਆਂ ਡੇਟਸ ਵੀ ਹੁੰਦੀਆਂ ਉਹਦੇ ਵਿੱਚ
ਕਿ ਇਹ ਕਦੋਂ ਪੋਥੀ ਸੰਪੂਰਨ ਹੋਈ। ਪੁਰਾਣੇ ਜਮੇ ਸਮੇਂ 'ਚ ਜਦੋਂ ਫੋਟੋਸਟੈਟ ਜਾਂ ਸਕੈਨਿੰਗ ਨਹੀਂ ਸੀ ਹੁੰਦੀ ਅਤੇ ਉਦੋਂ ਇੱਕ ਗ੍ਰੰਥ ਜਦੋਂ ਬਿਰਧ ਹੋ ਜਾਂਦਾ ਉਹਦੇ ਪੱਤਰੇ ਬਿਰਧ ਹੋ ਜਾਂਦੇ ਸੀ ਅਤੇ ਉਹਦਾ ਉਤਾਰਾ ਕੀਤਾ ਜਾਂਦਾ ਸੀ, ਉਹਨੂੰ ਅੱਗੇ ਰੱਖ ਕੇ ਉਹਦਾ ਦੂਸਰਾ ਉਤਾਰਾ ਕੀਤਾ ਜਾਂਦਾ ਸੀ। ਅਤੇ ਉਹ ਸੀਨਾ ਬਸੀਨਾ ਫੈਮਿਲੀਜ਼ ਦੇ ਵਿੱਚ ਉਹਨਾਂ ਪਰਿਵਾਰਾਂ ਵਿੱਚ ਜਿਹੜੇ ਗੁਰੂ ਸਾਹਿਬ ਦੇ ਸੇਵਾ ਦੇ ਵਿੱਚ ਵੀ ਰਹੇ ਉਹਨਾਂ ਪਰਿਵਾਰਾਂ ਤੋਂ ਇਹ ਪੋਥੀਆਂ ਪ੍ਰਾਪਤ ਕਰਨੀਆਂ ਲੱਭਣੀਆਂ, ਇਹ ਮੇਰਾ ਵਿਸ਼ਾ ਰਿਹਾ ਖੋਜ ਦਾ ਕਿ ਉਹਨਾਂ ਗ੍ਰੰਥਾਂ ਨੂੰ ਸੰਭਾਲਿਆ ਜਾਵੇ ਤਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਆਪਣੀ ਉਹ ਓਰਿਜਨੈਲਿਟੀ ਜਿਹੜੀ ਓਰਿਜਨ ਜਿਹੜਾ ਸੀ ਗ੍ਰੰਥਾਂ ਦਾ ਜਿਹੜੀ ਸਾਡੀ ਬਾਣੀ ਹੈ ਉਹਦੇ ਬਾਰੇ ਤਾਂ ਕਿ ਕੋਈ ਵੀ ਜਿਹੜਾ ਇਹਦੇ ਬਾਰੇ ਰੌਲਾ ਨਾ ਕੱਲ੍ਹ ਨੂੰ ਪਵੇ, ਉਹਦੇ ਲਈ ਖੋਜ ਕਰਨ ਲਈ ਵੀ ਅਤੇ ਜਿਹੜੀ ਇੱਕ ਸੰਭਾਲ ਦੇ ਵਜੋਂ ਇੱਕ ਵਿਰਾਸਤ ਦੇ ਵਜੋਂ ਮੈਂ ਇਹ ਦੇਣ ਲਈ ਵੀ ਅਗਲੀ ਪੀੜ੍ਹੀ ਨੂੰ ਕੀ ਦਿੱਤਾ ਜਾ ਸਕਦਾ। ਉਹ ਚਾਹੇ ਉਹ ਵਡਮੁੱਲਾ ਸਰੋਤ ਹੈ, ਗ੍ਰੰਥ ਹੈ, ਸਿੱਕੇ ਹੈ। ਗੁਰੂ ਸਾਹਿਬ ਨੇ ਮੀਰੀ ਪੀਰੀ ਦਾ ਸਿਧਾਂਤ ਸਾਨੂੰ ਦਿੱਤਾ, ਸ਼ਸਤਰ ਦਿੱਤੇ, ਸ਼ਾਸਤਰ ਦਿੱਤੇ, ਗ੍ਰੰਥ ਵੀ ਦਿੱਤੇ ਨਾਲ ਸ਼ਸਤਰ ਵੀ ਦਿੱਤਾ ਜੀ। ਅਤੇ ਉਹ ਸਾਰੀਆਂ ਚੀਜ਼ਾਂ ਸੰਭਾਲਣ ਦਾ ਮੇਰਾ ਇੱਕ ਪ੍ਰੋਜੈਕਟ ਸੀ। ਮੈਂ ਸ਼ੁਰੂ ਤੋਂ ਬਚਪਨ ਤੋਂ ਸਕੂਲ ਟਾਈਮ ਤੋਂ ਸਿੱਕੇ ਇਕੱਠੇ ਕਰਦੇ ਕਰਦੇ ਮੈਂ ਦੁਨੀਆ ਭਰ ਦੇ ਸਿੱਕੇ ਇਕੱਠੇ ਕੀਤੇ, ਉਹ ਕਰਦੇ ਫਿਰ ਪੰਜਾਬ 'ਤੇ ਆਇਆ, ਪੰਜਾਬ ਤੋਂ ਸਿੱਖਾਂ 'ਤੇ ਆਇਆ। ਜਦੋਂ ਸਿੱਖ ਇਤਿਹਾਸ ਦਾ ਦੇਖਿਆ ਕਿ ਸਿੱਖਾਂ ਦੇ ਸਿੱਕੇ, ਸਿੱਖਾਂ ਦੇ ਗ੍ਰੰਥ, ਇਹਨਾਂ ਦੇ ਸ਼ਸਤਰ, ਅਤੇ ਮੇਰੇ ਮਨ ਦੇ ਵਿੱਚ ਇਹ ਹੋਇਆ ਕਿ ਕਿਉਂ ਨਾ ਅਸੀਂ ਇਹਨਾਂ ਨੂੰ ਸੰਭਾਲ ਕੇ ਅਗਲੀ ਪੀੜ੍ਹੀ ਲਈ ਇੱਕ ਵਿਰਾਸਤ ਦੇ ਕੇ ਜਾਈਏ ਕਿ ਸਾਡਾ ਕੀ ਇਤਿਹਾਸ ਸੀ, ਸਾਡੇ ਕਿਹੜੇ ਸ਼ਾਸਤਰ ਸੀ, ਸਾਡੇ ਕਿਹੜੇ ਸ਼ਸਤਰ ਸੀ। ਅੱਜ ਉਸੇ ਲਈ ਮੈਂ ਤੁਹਾਨੂੰ ਇਹ ਸਾਰੇ ਇੱਥੇ ਡਿਸਪਲੇ ਕਰ ਰਹੇ ਹਾਂ, ਜਿਹੜੇ ਗ੍ਰੰਥ ਵੀ ਪਏ ਆ, ਸ਼ਸਤਰ ਵੀ ਹੈ, ਸਿੱਕੇ ਵੀ ਆ, ਉਹ ਸਾਰੇ ਦਿਖਾਉਣ ਲਈ। ਕਿਉਂਕਿ ਸਿੱਖਾਂ ਦਾ ਇਤਿਹਾਸ ਇੰਨਾ ਵਿਸ਼ਾਲ ਹੈ ਕਿ ਜਿੰਨਾ ਆਪਾਂ ਇਹਨੂੰ ਮਤਲਬ ਇਹਦੇ ਵਿੱਚ ਇਹਨੂੰ ਜਾਣਨ ਦੀ ਕੋਸ਼ਿਸ਼ ਕਰਦੇ ਇਹਦੀ ਡੂੰਘਿਆਈ ਜਿਹੜੀ ਡੈਪਥ ਹੈ ਉਨੀ ਡੂੰਘੀ ਜਾਂਦੀ ਹੈ, ਅਤੇ ਬਹੁਤ ਘੱਟ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਹੈ। ਅਤੇ ਬਹੁਤ ਸਾਰੇ ਸ਼ੋਜ਼ ਅਸੀਂ ਕਰਦੇ ਰਹਿੰਦੇ ਹਾਂ, ਬਹੁਤ ਸਾਰੇ ਲੋਕਾਂ ਕੋਲ, ਬਹੁਤ ਸਾਰੀਆਂ ਸ਼ਖਸੀਅਤਾਂ ਕੋਲ ਅਜਿਹੀਆਂ ਜਿਹੜੀਆਂ ਕਾਰਗਰ ਸਿੱਧ ਹੋਈਆਂ ਨੇ ਇਤਿਹਾਸਕ ਚੀਜ਼ਾਂ ਉਹਨਾਂ ਕੋਲ ਹੁੰਦੀਆਂ ਨੇ। ਲੇਕਿਨ ਸਰ ਜਿਹੜਾ ਸਭ ਤੋਂ ਜ਼ਰੂਰੀ ਮੈਟਰ ਹੁੰਦਾ, ਸਭ ਤੋਂ ਜ਼ਰੂਰੀ ਗੱਲ ਹੈ ਕਿ ਉਹਨਾਂ ਚੀਜ਼ਾਂ ਨੂੰ ਸਿਰਫ ਸਾਂਭਣਾ ਹੀ ਇੱਕ ਮਕਸਦ ਨਹੀਂ ਹੈ, ਉਹਨਾਂ ਚੀਜ਼ਾਂ ਦੇ ਬਾਰੇ ਜਿਹੜੀ ਜਿਹੜੀ ਰਾਈਟ ਇਨਫੋਰਮੇਸ਼ਨ ਹੈਗੀ, ਸਹੀ ਜਾਣਕਾਰੀ ਉਹ ਵੀ ਹੋਣੀ ਜ਼ਰੂਰੀ ਹੈ। ਕਈ ਵਾਰ ਹੁੰਦਾ ਕਿ ਕੋਈ ਗਲਤ ਇਨਫੋਰਮੇਸ਼ਨ ਜੇਕਰ ਆਪਾਂ ਨੂੰ ਪਾਸ ਕਰਦੇ ਹਾਂ ਤਾਂ ਉਹ ਸਾਡੀ ਜਨਰੇਸ਼ਨ ਦੇ ਜਿਹੜੇ ਮਾਇੰਡ 'ਤੇ ਕਲਿੱਕ ਕਰਦੀ ਹੈ। ਹਾਂਜੀ, ਮੇਰੇ ਲਈ ਜਿਹੜਾ ਸੀ, ਮੈਂ ਇਹਨਾਂ ਗ੍ਰੰਥਾਂ ਨੂੰ ਸੰਭਾਲਣ ਦੇ ਨਾਲ ਨਾਲ ਜਿਹੜਾ ਇੱਕ ਹੋਰ ਪ੍ਰੋਜੈਕਟ ਮੈਂ ਨਾਲ ਹੱਥ 'ਚ ਲਿਆ ਉਹ ਇਹ ਸੀ ਕਿ ਮੈਂ ਤਾਂ ਇੱਥੇ ਲੈ ਕੇ ਲੁਧਿਆਣੇ ਦੇ ਵਿੱਚ ਬੈਠਾਂ, ਜਿਹੜੇ ਕੋਈ ਵਿਜ਼ਟਰ ਆਉਂਦਾ ਉਹ ਮੇਰੇ ਕੋਲ ਇਹ ਦੇਖ ਕੇ ਚਲਾ ਜਾਏਗਾ, ਪਰ ਦੁਨੀਆ ਭਰ 'ਚ ਸਿੱਖੀ ਤਾਂ ਹਰ ਦੁਨੀਆ 'ਚ ਹਰ ਦੇਸ਼ 'ਚ ਫੈਲੀ ਹੋਈ ਹੈ, ਉਹਨਾਂ ਤੱਕ ਇਹ ਸਾਰਾ ਕੁਝ ਕਿੱਦਾਂ ਪਹੁੰਚਾਇਆ ਜਾ ਸਕਦਾ। ਮੈਂ ਇਹਨਾਂ ਸਾਰੇ ਗ੍ਰੰਥਾਂ ਨੂੰ ਡਿਜੀਟਾਈਜ਼ ਕਰ ਰਿਹਾ, ਉਹਨਾਂ ਦੀਆਂ ਫੋਟੋਗ੍ਰਾਫਸ ਕਰਕੇ, ਉਹਨਾਂ ਨੂੰ ਡਿਜੀਟਲ ਕਰਕੇ, ਆਪਣਾ ਇੱਕ ਅਜਾਇਬ ਘਰ ਦੀ ਸਥਾਪਨਾ ਕਰਕੇ ਉਹਦੇ ਵਿੱਚ ਇਹ ਡਿਸਪਲੇ ਹੋ ਜਾਣਗੇ। ਅਤੇ ਇਹਦਾ ਡਿਜੀਟਾਈਜੇਸ਼ਨ ਜਿਹੜਾ ਹੈ ਉਹ ਈ ਬੁੱਕਸ ਜਿਹੜੀਆਂ ਵਰਲਡ ਵਾਈਡ ਔਨਲਾਈਨ ਪ੍ਰੋਵਾਈਡ ਹੋਣਗੀਆਂ। ਕੋਈ ਬੰਦਾ ਕਿਸੇ ਵੀ ਗ੍ਰੰਥ ਨੂੰ ਸਟੱਡੀ ਕਰਨਾ ਚਾਹੁੰਦਾ ਜੀ, ਉਹ ਔਨਲਾਈਨ ਉਹਨੂੰ ਸਾਰੇ ਉਹ ਗ੍ਰੰਥਾਂ ਦੀਆਂ ਡਿਜੀਟਲ ਜਿਹੜੇ ਰੂਪ ਹੈ ਉਹ ਅਵੇਲੇਬਲ ਹੋਣਗੇ। ਮੈਂ ਹੁਣ ਤੱਕ 500,000 ਦੇ ਕਰੀਬ ਫੋਟੋਗ੍ਰਾਫਸ ਇਹਨਾਂ ਦੀਆਂ ਖਿੱਚ ਚੁੱਕਾ, ਉਹਨੂੰ ਡਿਜੀਟਾਈਜ਼ ਕਰਕੇ ਸਾਰਾ ਜਦੋਂ ਇੱਕ ਮਿਊਜ਼ੀਅਮ ਦੀ ਸਥਾਪਨਾ ਹੋ ਜਾਏਗੀ ਅਤੇ ਉਦੋਂ ਇਹ ਸਾਰਾ ਕੁਛ ਅਸੀਂ ਆਪਣੀ ਵੈਬਸਾਈਟ 'ਤੇ ਵੀ ਆਪਣੇ ਮਿਊਜ਼ੀਅਮ ਦੇ ਲਿੰਕ ਦੇ ਉੱਤੇ ਸਾਰੇ ਡਿਜੀਟਲ ਗ੍ਰੰਥ ਦੇ ਸਕਾਂਗੇ ਤਾਂ ਕਿ ਦੁਨੀਆ 'ਚ ਕਿਤੇ ਬੈਠਾ ਕੋਈ ਵੀ ਖੋਜੀ ਜਿਹੜਾ ਜਿਹੜਾ ਕਿਸੇ ਗ੍ਰੰਥ ਨੂੰ ਪੜ੍ਹਨਾ ਚਾਹੁੰਦਾ ਉਹਦੀ ਖੋਜ ਕਰਨਾ ਚਾਹੁੰਦਾ ਉਹਦੇ ਲਈ ਇਹ ਸਾਰੀਆਂ ਚੀਜ਼ਾਂ ਉੱਥੇ ਅਵੇਲੇਬਲ ਹੋਣਗੀਆਂ। ਇਹ ਮੇਰੇ ਪ੍ਰੋਜੈਕਟ ਦਾ ਅਗਲਾ ਪਾਰਟ ਹੈ। ਔਰ ਬਹੁਤ ਵਧੀਆ ਸੋਚ ਹੈ ਕਿ ਇੱਕੋ ਹੀ ਪਰਸਨ ਜਿਹਨੇ ਇੰਨੀ ਸਾਰੀ ਰਿਸਰਚ ਕੀਤੀ ਹੈ, ਉਹਨਾਂ ਹਰ ਚੀਜ਼ ਦੀ ਧੁਰ ਅੰਦਰ ਤੱਕ ਜਾ ਕੇ ਉਹਨੂੰ ਜਾਣਿਆ, ਘੋਗਿਆ ਔਰ ਜਾਣਕਾਰੀ ਹਾਸਿਲ ਕੀਤੀ ਹੈ, ਕਿੱਦਾਂ ਇਹ ਸ਼ੁਰੂਆਤ ਹੋਈ, ਕਿੱਥੋਂ ਕਿੱਥੇ ਨਾਲ ਪੀੜ੍ਹੀ ਦਰ ਪੀੜ੍ਹੀ ਇਹ ਸਮੇਂ ਦੇ ਨਾਲ ਚੱਲਦਾ ਰਿਹਾ, ਔਰ ਇੱਕ ਪੂਰੀ ਚੇਨ ਜਿਹੜੀ ਹੈ ਉਹ ਬਹੁਤ ਲੰਬੇ ਵਿਸ਼ਾਲ ਦਾਇਰੇ ਦੇ ਵਿੱਚ ਕਵਰ ਹੋ ਗਈ। ਔਰ ਇਹ ਵੀ ਸੋਚ ਰੱਖਣੀ ਕਿ ਉਹਨੂੰ ਸੋਸ਼ਲ ਸਾਈਟਸ 'ਤੇ ਇੱਕ ਲਿੰਕ ਬਣਾ ਕੇ ਜਿਹੜਾ ਪੂਰੀ ਦੁਨੀਆ ਦੇ ਵਿੱਚ ਪਾਇਆ ਜਾਵੇ ਤਾਂ ਕਿ ਜਿਹਨੂੰ ਵੀ ਇਸ ਚੀਜ਼ ਦੀ ਜਾਣਕਾਰੀ ਚਾਹੀਦੀ ਹੈ ਉਹ ਬਹੁਤ ਈਜ਼ੀ ਤਰੀਕੇ ਦੇ ਨੇ, ਬਹੁਤ ਸਿੱਧੇ ਤਰੀਕੇ ਦੇ ਨਾਲ ਉਹ ਆਪਣੇ ਨੈੱਟ ਤੋਂ ਇਹਦੀ ਜਾਣਕਾਰੀ ਲੈ ਸਕਦੇ ਹੈ। ਕਿਉਂਕਿ ਸਰ ਜਿਹੜੀ ਹੁਣ ਦਾ ਯੰਗ ਯੂਥ ਹੈ ਜਿਹੜੇ ਸਿੱਖੀਜ਼ਮ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ, ਸਿੱਖ ਇਤਿਹਾਸ ਬਾਰੇ ਜਾਣਨਾ ਚਾਹੁੰਦੇ ਨੇ, ਉਹ ਇਸਦੇ ਬਾਰੇ PhD ਕਰਦੇ ਨੇ ਔਰ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੀਆਂ ਹੱਲੇ ਵੀ ਇੱਦਾਂ ਦੀਆਂ ਚੀਜ਼ਾਂ ਜਿਨ੍ਹਾਂ ਦੇ ਬਾਰੇ ਜਿਹੜਾ ਉੱਥੇ ਰਹਿ ਕੇ ਉਹਨਾਂ ਨੂੰ ਇਹਦੀ ਜਿਹੜੀ ਜਾਣ ਪਛਾਣ ਜਾਂ ਜਾਣਕਾਰੀ ਨਹੀਂ ਹੁੰਦੀ। ਅਤੇ ਮੈਨੂੰ ਲੱਗਦਾ ਕਿ ਤੁਹਾਡੀ ਸੋਚ ਜਿਹੜੀ ਹੈ ਇਹ ਯੰਗ ਯੂਥ ਦੇ ਵਾਸਤੇ ਬਹੁਤ ਵਧੀਆ ਹੋਏਗੀ। ਔਰ ਅਗਲੀ ਗੱਲ ਕਿ ਆਪਾਂ ਗ੍ਰੰਥਾਂ ਦੀ ਗੱਲ ਸ਼ੁਰੂ ਕੀਤੀ ਸੀ ਔਰ ਗ੍ਰੰਥਾਂ ਵੱਲ ਹੀ ਵਾਪਿਸ ਆਉਂਦੇ ਹਾਂ, ਕਿੰਨੇ ਗ੍ਰੰਥ ਨੇ ਔਰ ਕੀ ਖਾਸ ਹੈ ਜਿਹੜੇ ਵੀ ਗ੍ਰੰਥ ਤੁਸੀਂ ਪਿੱਛੇ ਡਿਸਪਲੇ ਕੀਤੇ ਨੇ ਉਹਨਾਂ ਬਾਰੇ ਜਾਣਕਾਰੀ ਦਿਓ। ਜਿਹੜੇ ਇੱਥੇ ਗ੍ਰੰਥ ਅੱਜ ਡਿਸਪਲੇ ਕੀਤੇ ਗਏ ਬੇਸਿਕ ਇਹਦੇ ਵਿੱਚ ਗੁਰਮੁਖੀ ਦੇ ਲਿਖੀਆਂ ਹੋਈਆਂ ਉਹ ਪੋਥੀਆਂ ਜਿਨ੍ਹਾਂ 'ਚ 5 ਗ੍ਰੰਥੀ 10 ਗ੍ਰੰਥੀ ਹੈ, ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ ਜਾਂ ਕੁਛ ਉਦਾਸੀਨ ਸੰਪਰਦਾਵਾਂ ਨੇ ਵੀ ਕੁਛ ਗ੍ਰੰਥ ਲਿਖੇ, ਉਹ ਗੁਰਮੁਖੀ ਦੇ ਗ੍ਰੰਥ ਉਹ ਹੌਲੀ ਹੌਲੀ ਅਲੋਪ ਹੁੰਦੇ ਗਏ। ਅੱਜ ਉਹ ਇੱਥੇ ਮੈਂ ਆਪਣੀ ਕੁਲੈਕਸ਼ਨ 'ਚ ਹਰ ਤਰ੍ਹਾਂ ਦੇ ਗ੍ਰੰਥ ਰੱਖੇ ਹੋਏ ਆ, ਪਰ ਜਿਹੜੀ ਬੇਸਿਕ ਇੱਥੇ ਰੱਖੇ ਗਏ ਉਹ ਸਿੱਖ ਧਰਮ ਨਾਲ ਰਿਲੇਟਡ ਆ ਜੀ, ਜਾਂ ਉਹ ਗ੍ਰੰਥ ਜਿਹੜੇ ਕਿਸੇ ਹੋਰ ਨਾਲ ਤਾਲੁਕ ਰੱਖਦੇ ਪਰ ਉਹ ਗੁਰਮੁਖੀ
ਤੁਹਾਨੂੰ ਆਮ ਤੌਰ 'ਤੇ ਆਪਾਂ ਨੂੰ ਦੇਖਣ 'ਚ ਮਿਲਦਾ ਕਿ ਰਾਮਾਇਣ ਸੰਸਕ੍ਰਿਤ 'ਚ ਮਿਲੀ, ਪਰ ਉਹ ਪੰਜਾਬ ਦੇ ਵਿੱਚ ਲਿਖੀ ਗਈ ਅਤੇ ਉਹ ਗੁਰਮੁਖੀ ਦੇ ਵਿੱਚ ਰਾਮਾਇਣ ਲਿਖੀ ਗਈ ਅਤੇ ਲਿਖਣ ਵਾਲਾ ਸਿੱਖ ਜਿਹਨੇ ਉਹ ਲਿਖਣੀ ਆ ਉਹ ਸਿੱਖ ਲਿਖੇਗਾ ਅਤੇ ਉਹ ਉਹਦੀ ਸ਼ੁਰੂਆਤ ਵੀ ਏਕ ਓਂਕਾਰ ਸਤਿਗੁਰ ਪ੍ਰਸ਼ਾਦ ਤੋਂ ਕਰ ਰਿਹਾ ਅਤੇ ਸਮਾਪਤੀ 'ਤੇ ਵੀ ਉਹ ਵਾਹਿਗੁਰੂ 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 ਜੀ ਲਿਖ ਰਿਹਾ ਕਿਉਂਕਿ ਉਹਦੀ ਸੋਚ ਜਿਹੜੀ ਸ਼ੁਰੂਆਤੀ ਔਰ ਐਂਡਿੰਗ ਉੱਥੇ ਹੁੰਦੀ ਹੈ। ਦੂਸਰੀ ਗੱਲ ਕਿ ਇੱਥੇ ਉਹ ਗ੍ਰੰਥ ਜਿਹੜੇ ਕਿ ਚਾਹੇ ਉਹ ਪੁਰਾਣੀ ਗੁਟਕੇ ਨੇ, ਚਾਹੇ ਉਹ ਪੰਜ ਗ੍ਰੰਥੀ ਹੈ, ਦਸ ਗ੍ਰੰਥੀ ਹੈ, ਜਾਂ ਕੁਛ ਬਾਣੀਆਂ ਜਿਹੜੀਆਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਨਹੀਂ ਹੋਈਆਂ ਪੰਜਵੇਂ ਪਾਤਸ਼ਾਹ ਤੋਂ ਬਾਅਦ ਦੀਆਂ, ਜਿਹੜੀਆਂ ਨੌਵੇਂ ਮਹੱਲੇ ਦੇ ਸਲੋਕ ਆ ਗਏ, ਜਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਕੁਛ ਹੋਰ ਜਿਹੜੇ ਸ਼ਬਦ ਆ ਲਿਖੇ ਹੋਏ, ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਜਿਹੜੀ ਦਸਮ ਪਾਤਸ਼ਾਹ ਵੱਲੋਂ ਲਿਖੀ ਗਈ ਹੈ ਉਹ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਵੀ ਸ਼ਾਮਿਲ, ਇੱਥੇ ਉਹ ਕੁਛ ਉਹ ਵੀ ਪੋਥੀਆਂ ਜਿਹਦੇ ਵਿੱਚ ਉਹ ਸਲੋਕ ਮਹੱਲਾ ਦਸਵਾਂ ਜਾਂ ਦਸਵੀਂ ਪਾਤਸ਼ਾਹੀ ਦੇ ਨਾਂ 'ਤੇ ਉਹ ਬਾਣੀ ਉਹ ਸਲੋਕ ਲਿਖੇ ਗਏ, ਉਹ ਉਹ ਚੀਜ਼ਾਂ ਮੈਂ ਸਾਰੀਆਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਕੋਈ ਵੀ ਖੋਜ ਵਿਦਿਆਰਥੀ, ਮੇਰੇ ਕੋਲ ਕਈ ਲੋਕ ਸੰਪਰਕ ਕਰਦੇ ਆ ਜਿਹੜੇ PhD ਕਰ ਰਹੇ ਆ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ, ਅਤੇ ਉਹ ਲੋਕ ਮੇਰੇ ਕੋਲ ਆਉਂਦੇ ਵੀ ਆ, ਉਹਨਾਂ ਨੂੰ ਜਿਹੜੀ ਵੀ ਮਦਦ ਚਾਹੀਦੀ ਹੁੰਦੀ ਹੈ ਮੈਂ ਕਰਦਾ ਵੀ ਹਾਂ, ਕੁਛ ਮੈਂ ਆਪਣੇ ਵੱਲੋਂ ਪੋਥੀਆਂ ਰੈਫਰੈਂਸ ਲਾਇਬ੍ਰੇਰੀ 'ਚ ਉਹਨਾਂ ਨੂੰ ਗਿਫਟ ਵੀ ਕੀਤੀਆਂ ਅਤੇ ਡੋਨੇਟ ਕੀਤੀਆਂ ਤਾਂ ਕਿ ਜਿਹੜੇ ਉੱਥੇ PhD ਕਰਨ ਸਟੂਡੈਂਟਸ ਆਉਂਦੇ ਆ ਉਹ ਉੱਥੇ ਆ ਕੇ ਸਟੱਡੀ ਕਰ ਸਕਣ। ਅਤੇ ਮੇਰਾ ਮਕਸਦ ਤਾਂ ਇਹੀ ਹੈ ਕਿ ਜਿੰਨੀਆਂ ਵੀ ਆਪਣੇ ਹੱਥ ਦੀਆਂ ਲਿਖੀਆਂ ਹੋਈਆਂ ਪੋਥੀਆਂ ਗੁਰਮੁਖੀ ਦੀਆਂ ਕਿਤੇ ਵੀ ਹੈ ਲੋਕਾਂ ਦੇ ਵਿੱਚ, ਪਹਿਲਾਂ ਤਾਂ ਸ਼ੁਰੂ 'ਚ ਕੁਛ ਲੋਕਾਂ ਨੇ, ਚਾਹੇ ਉਹ ਨੁਮਾਇੰਦਾ ਜਮਾਤ ਹੋਵੇ ਰੂਲਿੰਗ ਜਿਹੜੀ ਇੱਥੇ ਗੁਰਦੁਆਰਿਆਂ ਨੂੰ ਕੰਟਰੋਲ ਕਰਨ ਲਈ SGPC ਹੈ, ਜਾਂ ਚਾਹੇ ਵੈਦਰ ਉਹ ਕੋਈ ਕਾਰ ਸੇਵਾ ਵਾਲੇ ਮਹਾਂਪੁਰਸ਼ ਨੇ, ਉਹਨਾਂ ਨੇ ਪਿਛਲੇ ਕੁਛ ਸਮੇਂ 'ਚ ਰੁਝਾਨ ਸੀ ਕਿ ਪੋਥੀਆਂ ਪਿੰਡਾਂ 'ਚੋਂ ਇਕੱਠੀਆਂ ਕਰਕੇ ਗੱਡੀ 'ਚ ਭਰ ਕੇ ਗੋਇੰਦਵਾਲ ਸਾਹਿਬ ਲਿਜਾ ਕੇ ਸੰਸਕਾਰ ਕਰ ਦਿੱਤਾ। ਉਹਦੇ ਨਾਲ ਸਾਡੇ ਹੱਥੋਂ ਕਈ ਵਡਮੁੱਲੀਆਂ ਚੀਜ਼ਾਂ ਨਿਕਲ ਗਈਆਂ। ਲੁਧਿਆਣੇ ਦੇ ਵਿੱਚ ਵੀ ਇੱਕ ਗੁਰੂ ਗ੍ਰੰਥ ਸਾਹਿਬ ਭਵਨ ਬਣਿਆ ਜਿਹਦੇ ਵਿੱਚ ਉਹ ਹਰ ਮਹੀਨੇ ਘਿਓ ਪਾ ਪਾ ਕੇ ਪੁਰਾਣੇ ਗ੍ਰੰਥ ਇਕੱਠੇ ਕਰਦੇ ਸੀ ਪਿੰਡਾਂ 'ਚੋਂ ਅਤੇ ਘਿਓ ਪਾ ਪਾ ਕੇ ਉਹਨਾਂ ਨੂੰ ਸੰਸਕਾਰ ਕਰਤਾ ਜਾਂਦਾ ਸੀ ਅਤੇ ਉਹ ਕਹਿੰਦੇ ਜੀ ਇਹ ਤਾਂ ਇਹਨਾਂ ਦਾ ਸੰਸਕਾਰ ਕਰਤਾ, ਇਹ ਬਿਰਧ ਹੋ ਗਈਆਂ। ਪਰ ਜਾਣੇ ਅਣਜਾਣੇ 'ਚੋਂ ਸਾਡਾ ਬਹੁਤ ਵਡਮੁੱਲਾ ਸਾਹਿਤ ਜਿਹੜਾ ਸਾਡੇ ਹੱਥੋਂ ਨਿਕਲ ਗਿਆ, ਜਿਹੜਾ ਕਿ ਇੱਕ ਇਤਿਹਾਸਿਕ ਸਬੂਤ ਹੈ। ਕੋਈ ਵੀ ਚੀਜ਼ ਜਿਹੜੀ ਕਿ ਇੱਕ ਔਥੈਂਟਿਕ ਪਰੂਫ ਹੈ ਜਿਹੜੀ 200 ਸਾਲ 300 ਸਾਲ ਪਹਿਲਾਂ ਲਿਖੀ ਗਈ, ਉਹਦੇ ਵਿੱਚ ਸਮੇਂ ਦੇ ਨਾਲ ਕੋਈ ਚੇਂਜਿਸ ਕਿਸੇ ਵੱਲੋਂ ਪ੍ਰਿੰਟਿੰਗ ਦੇ ਵਿੱਚ ਕੀਤੀ ਜਾ ਸਕਦੀ? ਬਿਲਕੁਲ ਬਿਲਕੁਲ, ਬਹੁਤ ਸਾਰੇ ਇੱਦਾਂ ਦੇ ਹੈ ਕਿ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਚੇਂਜਿਸ ਹੁੰਦੀਆਂ ਹਨ ਡਿਊਰਿੰਗ ਪ੍ਰਿੰਟਿੰਗ, ਕਈ ਮਿਸਟੇਕਸ ਆ ਜਾਂਦੀਆਂ ਉਹ, ਪਰ ਜਿਹੜੇ ਪੁਰਾਣੇ ਗ੍ਰੰਥ ਹੈ ਤੁਸੀਂ ਉਹਨਾਂ ਨੂੰ ਅੱਗੇ ਰੱਖ ਕੇ ਉਹਦੇ ਨਾਲ ਟੈਲੀ ਕਰਕੇ ਦੇਖ ਸਕਦੇ ਹੋ ਕਿ ਇਹਦੇ ਵਿੱਚ ਅੱਜ 200 ਸਾਲ ਪਹਿਲਾਂ ਗੁਰਬਾਣੀ ਦੀ ਜਿਹੜੀ ਸੀ ਉਹ ਤੁੱਕਾਂ ਦੀ ਤੁੱਕਬੰਦੀ ਜਿਹੜੀ ਸੀ ਉਹ ਕਿੱਦਾਂ ਸੀ, ਸਪੇਸ ਜਿਹੜੀ ਸੀ ਉਹ ਕਿੱਥੇ ਸੀ, ਜਾਂ ਕੀ ਲਗਾ ਮਾਤਰਾ ਦੀਆਂ ਗਲਤੀਆਂ, ਜਾਂ ਕੋਈ ਬਾਣੀ ਕਿੱਥੋਂ ਕੱਟੀ ਗਈ ਜਾਂ ਛੇੜੀ ਗਈ, ਉਹ ਸਾਰੇ ਸਬੂਤ ਇਹੀ ਪੁਰਾਣੇ ਗ੍ਰੰਥ ਨੇ, ਉਹਨਾਂ ਤੋਂ ਹੀ ਤੁਸੀਂ ਵੈਰੀਫਾਈ ਕਰ ਸਕਦੇ ਹੋ, ਚੈੱਕ ਕਰ ਸਕਦੇ ਹੋ ਕਿ ਜਿਹੜੇ ਅੱਜ ਪ੍ਰਿੰਟਿੰਗ 'ਚ ਸਾਨੂੰ ਪੋਥੀਆਂ ਗੁਟਕੇ ਮਿਲਦੇ ਆ ਕੀ ਉਹ ਬਿਲਕੁਲ ਹੂ ਬਹੂ ਉਹੀ ਹੈ ਜੋ 200 ਸਾਲ ਪਹਿਲਾਂ ਜਾਂ 300 ਸਾਲ ਪਹਿਲਾਂ ਗੁਰੂ ਸਾਹਿਬ ਨੇ ਬਾਣੀ ਲਿਖ ਕੇ ਸਾਨੂੰ ਭੇਂਟ ਕੀਤੀ। ਅਤੇ ਮੇਰਾ ਮਕਸਦ ਤਾਂ ਇਹੀ ਹੈ ਜਿਹੜੇ ਆ ਸਾਰੇ ਗ੍ਰੰਥ ਰੱਖੇ ਗਏ ਆ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਾਂ ਆਉਣ ਵਾਲੀ ਪੀੜ੍ਹੀ ਨੂੰ ਜੇ ਅਸੀਂ ਇਹ ਨਹੀਂ ਦੱਸਾਂਗੇ ਤਾਂ ਉਹ ਗੈਪ ਪੈ ਜਾਏਗਾ, ਉਸ ਤੋਂ ਅਗਲੀ ਪੀੜ੍ਹੀ ਨੂੰ ਉਹ ਦੱਸ ਹੀ ਨਹੀਂ ਸਕਣਗੇ। ਬਿਲਕੁਲ, ਮੇਰਾ ਮਕਸਦ ਤਾਂ ਇਹ ਸੀ ਵੀ ਆਉਣ ਵਾਲੀ ਜਨਰੇਸ਼ਨ ਲਈ ਅਸੀਂ ਕੀ ਕੁਛ ਸਾਂਭ ਸਕਦੇ ਹਾਂ। ਮਤਲਬ ਬਹੁਤ ਸਾਰੀ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲਾ ਸਮਾਂ ਜਿਹੜਾ ਉਹ ਸ਼ਾਇਦ ਇਹਨਾਂ ਚੀਜ਼ਾਂ ਨੂੰ ਮਿਸ ਕਰ ਦੇਵੇਗਾ, ਲੇਕਿਨ ਕੁਝ ਸ਼ਖਸੀਅਤਾਂ ਅਜਿਹੀਆਂ ਨੇ ਜੋ ਇਹਨਾਂ ਚੀਜ਼ਾਂ ਨੂੰ ਜਿਉਂਦਾ ਜਾਗਦਾ ਰੱਖਣਾ ਚਾਹੁੰਦੀਆਂ ਨੇ, ਹੂ ਬਹੂ ਉੱਦਾਂ ਹੀ ਜੋ ਸਾਨੂੰ ਸਾਡੇ ਵਿਰਾਸਤ ਸਾਡੇ ਗੁਰੂਆਂ ਤੋਂ ਮਿਲੀਆਂ ਨੇ। ਜੇ ਗੱਲ ਕਰੀਏ ਪੋਥੀਆਂ ਦੀ, ਗ੍ਰੰਥ ਸਾਹਿਬਾਨਾਂ ਦੀ, ਔਰ ਉਹਨਾਂ ਦੇ ਜਿਹੜੇ ਪੇਪਰਸ ਨੇ, ਪਹਿਲੇ ਸਮੇਂ ਦੇ ਜਿਹੜੇ ਪੇਪਰਸ ਬਣਦੇ ਸੀ ਜਿਹੜੇ ਉੱਤੇ ਬਾਣੀ ਲਿਖੀ ਜਾਂਦੀ ਸੀ, ਉਹਦੇ ਵਿੱਚ ਕੀ ਡਿਫਰੈਂਸ ਹੈ, ਔਰ ਜਿਹੜੀਆਂ ਤੁਹਾਡੇ ਕੋਲ ਨੇ ਹੁਣ ਦੇ ਸਮੇਂ ਦੇ ਵਿੱਚ ਮੌਜੂਦਾ ਹਾਲਾਤਾਂ ਦੇ ਵਿੱਚ ਜੋ ਨੇ, ਉਹਨਾਂ ਦੇ ਵਿੱਚ ਆਪਸ ਦੇ ਵਿੱਚ ਡਿਫਰੈਂਸ ਕੀ ਹੈ? ਜਿਹੜੇ ਪੁਰਾਣੇ ਜਿੰਨੇ ਵੀ ਸਾਨੂੰ ਗ੍ਰੰਥ ਮਿਲਦੇ ਆ ਉਹ ਮੋਸਟਲੀ ਉਹਨਾਂ ਦਾ ਪੀਰੀਅਡ ਮੇਰੇ ਕੋਲ ਜਿਹੜੀਆਂ ਪੋਥੀਆਂ ਨੇ ਕੋਈ 150 ਸਾਲ, 200 ਸਾਲ, 300 ਸਾਲ, 350 ਸਾਲ ਪੁਰਾਣੀਆਂ ਵੀ ਨੇ ਜੀ। ਉਹਦੇ ਵਿੱਚ ਉਹਦਾ ਪੇਪਰ ਜਿਹੜਾ ਹੈਂਡਮੇਡ ਪੇਪਰ ਹੁੰਦਾ ਸੀ, ਉਹ ਚੌਲਾਂ ਦੀ ਪਿੱਚ ਤੋਂ, ਰਾਈਸ ਪੇਪਰ ਉਹਨੂੰ ਕਹਿੰਦੇ ਆ, ਮੋਸਟਲੀ ਰਾਵਲਪਿੰਡੀ ਤੋਂ ਲਾਹੌਰ ਤੋਂ ਪੇਪਰ ਬਣਦਾ ਸੀ ਅਤੇ ਉਹਦੇ ਉੱਤੇ ਜਿਹੜੀ ਸਿਆਹੀ ਨਾਲ ਲਿਖਿਆ ਜਾਂਦਾ ਸੀ ਉਹ ਸਿਆਹੀ ਵੀ ਆਪ ਬਣਾਈ ਜਾਂਦੀ ਸੀ। ਕਈ ਪੁਰਾਣੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਨੂੰ ਦੇਖਣ ਨੂੰ ਮਿਲਦੇ ਜਿਹਦੇ 'ਚ ਲਾਸਟ ਦੇ ਵਿੱਚ ਉਹਨਾਂ ਨੇ ਸਿਆਹੀ ਕੀ ਵਿਧੀ ਉਹਦੇ ਵਿੱਚ ਇੱਕ ਫਾਰਮੂਲਾ ਦਿੱਤਾ ਹੁੰਦਾ ਕਿ ਇੰਕ ਕਿੱਦਾਂ ਤਿਆਰ ਕੀਤੀ ਗਈ, ਉਹ ਖੁਦ ਉਹ ਤਿਆਰ ਕਰਦੇ ਸੀ ਇੰਕ, ਔਰ ਇੰਨੀ ਵਧੀਆ ਨੈਚੁਰਲ ਇੰਕ ਹੁੰਦੀ ਸੀ, ਉਹਦੇ ਇਨਗਰੀਡੀਐਂਟਸ ਜਿਹੜੇ ਸੀ ਉਹ ਨੈਚੁਰਲ ਹੁੰਦੇ ਸੀ ਕਿ ਅੱਜ ਦੇਖੋ 300-400 ਸਾਲ ਬਾਅਦ ਵੀ ਉਹਨਾਂ ਦੀ ਪੂਰੀ ਚਮਕ ਉਹੀ ਆ। ਉਹ ਪੇਪਰ ਜਿਹੜਾ ਉਹਨੂੰ ਮੌਸਮ ਦਾ ਛੇਤੀ ਕੋਈ ਅਸਰ ਨਹੀਂ ਹੁੰਦਾ, ਉਹ 'ਤੇ ਕੀੜਾ ਨਹੀਂ ਲੱਗਦਾ, ਫਿਰ ਉਹਦੀ ਸਿਲਾਈ ਹੱਥ ਨਾਲ ਕੀਤੀ ਜਾਂਦੀ ਸੀ, ਈਵਨ ਉਹਦੀਆਂ ਜਿਹੜੀਆਂ ਜਿਲਦਾਂ ਵੈ ਲੈਦਰ ਦੀ ਜਿਲਦ ਵੀ ਮਿਲਦੀ ਹੈ, ਚਮੜੇ ਦੀਆਂ ਜਿਲਦਾਂ ਬਣਾ ਕੇ ਉਹਨਾਂ ਨੂੰ ਕੀਤਾ ਹੋਇਆ ਓਰੀਜਨਲ ਬਾਈਂਡਿੰਗ, ਔਰ ਸਾਡੀ ਇਹ ਕੋਸ਼ਿਸ਼ ਹੁੰਦੀ ਕਿ ਉਹਨੂੰ ਛੇੜਿਆ ਨਾ ਜਾਵੇ, ਐਜ਼ ਇਟ ਇਜ਼ ਜਿਸ ਤਰ੍ਹਾਂ ਉਹ ਮਿਲੀ ਆ ਉਹਦੀ ਰੈਸਟੋਰੇਸ਼ਨ ਕਰਕੇ ਉਹਨੂੰ ਉਸੇ ਸਰੂਪ 'ਚ ਰੱਖਿਆ ਜਾਵੇ।
ਅਤੇ ਉਹ ਸਾਰੇ ਪੇਪਰ ਚੌਲਾਂ ਤੋਂ ਬਣੇ ਹੋਏ ਪੇਪਰ, ਹੈਂਡਮੇਡ ਪੇਪਰ, ਹੱਥ ਨਾਲ ਸਿਲਾਈ ਕੀਤੀ ਗਈ, ਹੱਥ ਨਾਲ ਸਾਰਾ ਕਲਮ ਨਾਲ ਲਿਖਿਆ ਗਿਆ, ਔਰ ਕਈ ਤਾਂ ਇੰਨੇ ਬਰੀਕ ਮਹੀਨ ਕਲਮ ਨਾਲ ਲਿਖੇ ਗਏ ਆ ਕਿ ਅੱਜ ਅਸੀਂ ਉਸ ਪੈੱਨ ਨਾਲ ਵੀ ਓਨਾ ਬਰੀਕ ਓਦਾਂ ਨਹੀਂ ਲਿਖ ਸਕਦੇ। ਫਿਰ ਉਹਦੇ ਲਿਖਣ ਦੇ ਵਿੱਚ ਸਾਨੂੰ ਇਹ ਦੇਖਣ ਚਾਹੁੰਦਾ ਕਿ ਜਿਵੇਂ ਇੱਕ ਕਿਸੇ ਨੂੰ ਆਪਾਂ ਬਿਨਾਂ ਲਾਈਨ ਵਾਲਾ ਪੇਪਰ ਹੈ, ਬਿਨਾਂ ਸਪੇਸ ਤੋਂ ਇਹ 'ਤੇ ਲਿਖ ਰਿਹਾ ਬੰਦਾ, ਅਤੇ ਉਹ ਐਂਡ ਤੱਕ ਜਾ ਕੇ ਵੀ ਅੱਜ ਜੇ ਅਸੀਂ 20 ਲਾਈਨਾਂ ਲਿਖੀਏ ਤਾਂ ਸਾਡੀਆਂ ਸਾਡੀਆਂ ਲਾਈਨਾਂ ਜਾ ਕੇ ਟੇਢੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਉਹ ਇੰਨੇ ਉਹਦੇ ਵਿੱਚ ਇੱਕ ਭਾਵਨਾ ਵਾ, ਉੱਥੋਂ ਤੁਹਾਨੂੰ ਇਹ ਵੀ ਪਤਾ ਲੱਗਦਾ ਕਿ ਜੇ 1000 ਪੇਜਾਂ ਦਾ ਗ੍ਰੰਥ ਲਿਖਿਆ ਗਿਆ ਅਤੇ ਉਹਦੇ ਵਿੱਚ ਕਿੰਨੀ ਉਹਦੇ ਪ੍ਰੇਮ ਸੀ ਲਿਖਣ 'ਚ, ਕਿ ਉਹ ਪ੍ਰੇਮ ਨਾਲ ਲਿਖਿਆ ਜਾ ਰਿਹਾ ਸੀ, ਕਿ ਉਹਦੇ ਅੱਖਰਾਂ ਦੀ ਬਣਾਵਟ 'ਚ ਵੀ ਫਰਕ ਨਹੀਂ ਪਿਆ, ਉਹ ਬੰਦਾ ਜਿਹੜਾ ਲਿਖ ਰਿਹਾ ਸੀ ਉਹ ਕਾਲਾ ਵੀ ਨਹੀਂ ਪਿਆ ਕਿ ਉਹ 100-200 ਪੇਜ ਲਿਖ ਕੇ ਸੋਚੇ ਕਿ ਇਹ ਕਦੋਂ ਖਤਮ ਹੋਏਗਾ। ਉਹਦੀ ਪ੍ਰੇਮ ਸੀ, ਉਹ ਸਾਨੂੰ ਲਿਖਤ ਤੋਂ ਪਤਾ ਲੱਗਦਾ, ਉਹਦੀ ਇੰਨੀ ਖੁਸ਼ਕਤ ਲਿਖਾਈ ਹੈ ਕਿ ਜਿਵੇਂ ਕੰਪਿਊਟਰ ਦੇ ਫੌਂਟਸ ਹੁੰਦੇ ਆ, ਕਈ ਗ੍ਰੰਥ ਤਾਂ ਸਾਨੂੰ ਇੰਨੀ ਵਧੀਆ ਲਿਖਾਈ ਮਿਲਦੀ ਹੈ ਕਿ ਜਿਹੜਾ ਜਿਵੇਂ ਜਸਟ ਲਾਈਕ ਕੰਪਿਊਟਰ ਫੌਂਟਸ ਹੁੰਦੇ ਉਹ ਹੈਂਡ ਰਿਟਨ। ਹਾਂਜੀ, ਉਹ ਕਲਮ ਨਾਲ ਲਿਖੀ ਗਈ ਔਰ ਇੰਨੀ ਬਰੀਕ ਕਲਮ ਨਾਲ, ਅਤੇ ਦੇਖੋ ਫਿਰ ਵੀ ਉਹ ਕਲਮ ਵਾਰ ਵਾਰ ਉਹਨਾਂ ਨੂੰ ਦੁਬਾਰਾ ਦੇ ਵਿੱਚ ਡਬਾਉਣੀ ਪੈਂਦੀ ਸੀ, ਅਤੇ ਉਹਦੇ ਵਿੱਚ ਇੰਨਾ ਫਰਕ ਨਹੀਂ ਪਤਾ ਲੱਗਦਾ ਕਿ ਕਿੱਥੋਂ ਉਹਨੇ ਦੁਬਾਰਾ ਇੰਕ ਲਿੱਤੀ, ਕਿੱਥੇ ਉਹਦੀ ਕਲਮ 'ਚ ਇੰਕ ਖਤਮ ਹੋ ਰਹੀ ਹੈ, ਉਹ ਕਿਤੇ ਵੀ ਸ਼ੋਅ ਨਹੀਂ ਹੁੰਦਾ। ਉੱਥੋਂ ਪਤਾ ਲੱਗਦਾ ਕਿ ਉਹਨਾਂ ਦੀ ਲਗਨ, ਉਹਨਾਂ ਦਾ ਕਿੰਨਾ ਪਿਆਰ ਸੀ ਗੁਰਬਾਣੀ ਨੂੰ ਉਹਨੂੰ ਲਿਖਣ ਲਈ। ਇਹੀ ਚੀਜ਼ਾਂ ਸੰਭਾਲ ਕੇ ਮੈਂ ਅੱਜ ਸਾਰਾ ਕੁਛ ਇੱਥੇ ਦਿਖਾ ਰਿਹਾ ਤੁਹਾਨੂੰ। ਸੋ ਗ੍ਰੰਥਾਂ ਦੀ ਗੱਲ ਹੋ ਗਈ, ਗ੍ਰੰਥਾਂ ਦੇ ਪੇਪਰਸ ਦੀ ਗੱਲ ਹੋ ਗਈ, ਕਿਸ ਤਰ੍ਹਾਂ ਪਹਿਲੇ ਬਣਦੇ ਹੁੰਦੇ ਸੀ, ਕਿਸ ਤਰ੍ਹਾਂ ਹੁਣ ਬਣ ਰਹੇ ਨੇ, ਉਹਨਾਂ ਸਾਰਿਆਂ ਦੇ ਵਿੱਚ ਡਿਫਰੈਂਸ ਕੀ ਹੈ, ਕੀ ਖਾਸੀਅਤ ਸੀ, ਜਿਹੜਾ ਲਿਖਣ ਵਾਲਾ ਸੀ ਉਸ ਸਮੇਂ ਦਾ ਰਾਈਟਰ ਹੁੰਦਾ ਸੀ, ਜਿਹੜਾ ਇਸ ਚੀਜ਼ ਨੂੰ ਲਿਖਦਾ ਹੁੰਦਾ ਸੀ, ਉਹਦੀ ਸੋਚ ਔਰ ਉਹਦੀ ਸਮਝ ਦੇ ਹਿਸਾਬ ਦੇ ਜਿਹੜੇ ਅੱਖਰ ਨੇ ਉਹ ਆਪਣੇ ਆਪ ਨੂੰ ਬਿਆਨ ਕਰਦੇ ਨੇ, ਬੋਲਦੇ ਨੇ। ਸੋ ਗ੍ਰੰਥਾਂ ਔਰ ਪੋਥੀਆਂ ਦੀ ਗੱਲ ਕਰਦੇ ਹਾਂ ਕਿ ਜਿੰਨੀਆਂ ਇੱਥੇ ਡਿਸਪਲੇ ਹੋਈਆਂ ਨੇ ਨਰਿੰਦਰਪਾਲ ਜੀ, ਗ੍ਰੰਥ ਜਾਂ ਪੋਥੀਆਂ ਦੀ ਮੈਂ ਗੱਲ ਕਰਾਂ, ਉਹਨਾਂ ਦੇ ਵਿੱਚ ਹੋਰ ਕੀ ਖਾਸੀਅਤ ਔਰ ਇਹਨਾਂ ਦੇ ਵਿੱਚ ਕਲੈਕਸ਼ਨ ਕਿੰਨੀ, ਕਿਉਂਕਿ ਹੁਣ ਤਾਂ ਤੁਸੀਂ ਬਹੁਤ ਘੱਟ ਤਾਦਾਦ ਦੇ ਵਿੱਚ ਇੱਥੇ ਜਿਹੜੀਆਂ ਡਿਸਪਲੇ ਕੀਤੇ ਨੇ, ਕਿਉਂਕਿ ਇਹਨਾਂ ਦੀ ਸਾਂਭ ਸੰਭਾਲ ਜਿਹੜੀ ਹੈ ਬਹੁਤ ਜਿਹੜੀ ਸੁਚੱਜੀ ਔਰ ਵਧੀਆ ਢੰਗ ਨਾਲ ਕੀਤੀ ਹੋਈ ਹੈ। ਇੱਦਾਂ ਜਿਹੜੀਆਂ ਅੱਜ ਇੱਥੇ ਸਮੇਂ ਦੇ ਹਿਸਾਬ ਨਾਲ ਅਤੇ ਸਪੇਸ ਦੇ ਹਿਸਾਬ ਨਾਲ ਮੈਂ ਥੋੜ੍ਹੀਆਂ ਪੋਥੀਆਂ ਇੱਥੇ ਡਿਸਪਲੇ ਕੀਤੀਆਂ, ਮੇਰੇ ਕੋਲ ਕੁੱਲ ਜਿਹੜੇ ਗ੍ਰੰਥ ਹੈ ਉਹ ਚਾਹੇ ਗੁਰਮੁਖੀ ਦੇ ਲਿਖੇ ਹੋਏ ਆ, ਸੰਸਕ੍ਰਿਤ 'ਚ ਲਿਖੀਆਂ ਹੋਈਆਂ ਵੀ ਆ ਮੇਰੇ ਕੋਲ, ਅਰਬੀ ਦੀਆਂ, ਫਾਰਸੀ ਦੀਆਂ, ਟਾਕਰੀ ਭਾਸ਼ਾ 'ਚ ਲਿਖੇ ਹੋਏ ਕੁੱਲ 400 ਤੋਂ ਉੱਪਰ ਗ੍ਰੰਥ ਮੈਂ ਇਕੱਠੇ ਕਰ ਚੁੱਕਾ। 400 ਤੋਂ ਉੱਪਰ? ਹਾਂਜੀ, ਅਤੇ ਜਿਹਦੇ ਵਿੱਚ ਚਾਹੇ ਉਹ ਅਰਬੀ 'ਚ ਨੇ, ਫਾਰਸੀ 'ਚ ਵੀ ਹੈ ਮੇਰੇ ਕੋਲ, ਸੰਸਕ੍ਰਿਤ 'ਚ ਗ੍ਰੰਥ ਵੀ ਨੇ, ਪਰ ਅੱਜ ਇੱਥੇ ਜਿਹੜੇ ਡਿਸਪਲੇ ਕੀਤੇ ਗਏ ਉਹ ਗੁਰਮੁਖੀ ਦੇ ਸਿਰਫ ਗ੍ਰੰਥ ਹੈ। ਅਤੇ ਇਹਨਾਂ ਦੇ ਵਿੱਚ ਵੀ ਕੁਛ ਬਹੁਤ ਅੱਛੇ ਗ੍ਰੰਥ ਆ, ਜਿਵੇਂ ਇੱਕ ਮੇਰੇ ਕੋਲ ਇਹਦੇ ਵਿੱਚ ਗ੍ਰੰਥ ਹੈ ਜਿਹੜਾ ਜਿਹਦੇ ਵਿੱਚ ਡੇਟ ਜਿਹੜੀ ਹੈ ਉਹ ਸੰਮਤ 1745 1688 ਈਸਵੀ ਬਣਦੀ ਹੈ, 1688 'ਚ ਉਹਦੇ ਵਿੱਚ ਬਕਾਇਦਾ ਸਪੇਸ ਦਾ ਜ਼ਿਕਰ ਕੀਤਾ ਗਿਆ ਕਿ ਨਗਰ ਪਾਉਂਟਾ ਸਾਹਿਬ 'ਚ ਜਮੁਨਾ ਦੇ ਕਿਨਾਰੇ 'ਤੇ ਉਹ ਗ੍ਰੰਥ ਸੰਪੂਰਨ ਹੋਇਆ 1688 'ਚ। ਅਤੇ ਜੇ ਅਸੀਂ ਉਸ ਡੇਟ ਨੂੰ ਦੇਖੀਏ ਤਾਂ ਗੁਰੂ ਸਾਹਿਬ 1699 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਸ਼ਿਫਟ ਕੀਤੇ ਸੀ ਅਨੰਦਪੁਰ ਸਾਹਿਬ, ਅਤੇ 1688 'ਚ ਉਹ ਆਪ ਉੱਥੇ ਮੌਜੂਦ ਸੀ, ਗੁਰੂ ਗੋਬਿੰਦ ਸਿੰਘ ਜੀ ਉੱਥੇ ਆਪ ਯਮੁਨਾ ਦੇ ਕਿਨਾਰੇ 'ਤੇ ਪਾਉਂਟਾ ਸਾਹਿਬ ਦੇ ਵਿੱਚ ਆਪ 1688 'ਚ ਉੱਥੇ ਮੌਜੂਦ ਸੀ, ਉਹਨਾਂ ਦੀ ਮੌਜੂਦਗੀ ਦੇ ਵਿੱਚ ਉਹ ਪੋਥੀ ਲਿਖੀ ਗਈ। ਅਤੇ ਇਹ ਚੀਜ਼ਾਂ ਸਾਨੂੰ ਉਹਨਾਂ ਗ੍ਰੰਥਾਂ ਤੋਂ ਬਕਾਇਦਾ ਇੱਕ ਅਥੈਂਟਿਸਿਟੀ ਮਿਲਦੀ ਹੈ ਕਿ ਉਹ ਕਿਸ ਡੇਟ ਨੂੰ ਪੂਰਾ ਹੋਇਆ ਗ੍ਰੰਥ, ਕਦੋਂ ਸ਼ੁਰੂ ਹੋਇਆ, ਕਦੋਂ ਸਮਾਪਤ ਹੋਇਆ। ਫਿਰ ਵੱਡੀ ਗੱਲ ਹੈ ਕਿ ਸਿੱਖ ਗ੍ਰੰਥਾਂ ਦੇ ਵਿੱਚ ਆਮ ਤੌਰ 'ਤੇ ਜਿਵੇਂ ਸਾਨੂੰ ਰਮਾਇਣ, ਭਗਵਦ ਗੀਤਾ, ਹਨੂੰਮਾਨ ਨਾਟਕ, ਵਿਸ਼ਨੂੰ ਪੁਰਾਣ, ਉਹਨਾਂ ਦੇ ਵਿੱਚ ਲਿਖਣ ਵਾਲਾ ਆਪਣਾ ਨਾਮ ਐਡ ਕਰ ਦਿੰਦਾ, ਆਪਣੇ ਪਿੰਡ ਦਾ ਨਾਮ ਐਡ ਕਰ ਦਿੰਦਾ, ਮੈਂ ਕਿੱਥੋਂ ਦਾ ਰਹਿਣ ਵਾਲਾ ਵਾਂ, ਕਿਹਨੇ ਲਿਖੀ। ਸਿੱਖ ਗ੍ਰੰਥਾਂ 'ਚ ਇਹੀ ਇੱਕ ਦੇਖਣ ਨੂੰ ਹੋਰ ਚੀਜ਼ ਮਿਲੀ ਕਿ ਲਿਖਣ ਵਾਲੇ ਨੇ ਕਿਤੇ ਵੀ ਆਪਣੀ ਵਡਿਆਈ ਜਾਂ ਆਪਣਾ ਨਾਮ ਲਿਖਣ ਦੀ ਜ਼ਰੂਰਤ ਵੀ ਨਹੀਂ ਕੀਤੀ, ਜ਼ਿਕਰ ਵੀ ਨਹੀਂ ਕੀਤਾ, ਕਿਉਂਕਿ ਉਹਦੇ ਵਿੱਚ ਕਿਸੇ ਲਗਾ ਮਾਤਰਾ ਦੀ ਵਾਧਾ ਘਾਟਾ ਵੀ ਬਰਦਾਸ਼ਤ ਨਹੀਂ ਕੀਤਾ ਜਾਂਦਾ। ਅਤੇ ਉਹ ਇਹੀ ਦੇਖਣ ਨੂੰ ਬਹੁਤ ਇੱਕ ਅਨੋਖੀ ਚੀਜ਼ ਆ ਕਿ ਭਾਵੇਂ ਉਹ ਗ੍ਰੰਥ ਨੇ, ਭਾਵੇਂ ਸਿੱਖਾਂ ਦੇ ਸਿੱਕੇ ਨੇ, ਕਿਸੇ ਵਿੱਚ ਵੀ ਆਪਣੀ ਵਡਿਆਈ ਨਾ ਕਰਕੇ ਗੁਰੂ ਦੀ ਵਡਿਆਈ ਕੀਤੀ, ਗੁਰੂ ਦੀ ਵਡਿਆਈ। ਇਸੇ ਕਰਕੇ ਇਹ ਸਾਰਾ ਕੁਛ ਵਿਲੱਖਣ ਹੈ, ਇੱਕ ਤਰ੍ਹਾਂ ਨਾਲ ਦੁਨੀਆਂ ਦੇ ਬਾਕੀ ਸਾਰੇ ਗ੍ਰੰਥਾਂ ਨਾਲੋਂ ਇੱਕ ਅਲੱਗ ਹੈ। ਬਾਕੀ ਸਾਰੇ ਗ੍ਰੰਥ ਜਿਹੜੇ ਆ ਉਹ ਕਿਸੇ ਮਹਾਂਪੁਰਸ਼ਾਂ ਦੇ ਜਾਂ ਕਿਸੇ ਅਵਤਾਰਾਂ ਦੇ ਤੋਂ ਜਾਣ ਤੋਂ ਬਾਅਦ ਇੱਕ ਆਮ ਕਿਸੇ ਬੰਦੇ ਨੇ, ਕਵੀ ਨੇ ਲਿਖਿਆ। ਸਾਡੇ ਇਹਨਾਂ ਗ੍ਰੰਥਾਂ ਦੇ ਵਿੱਚ ਖਾਸ ਗੱਲ ਇਹੀ ਹੈ ਕਿ ਇਹ ਸਾਰੀ ਗੁਰੂਆਂ ਦੀ ਆਪਣੀ ਉਚਾਰੀ ਹੋਈ ਬਾਣੀ ਹੈ, ਗੁਰਬਾਣੀ। ਇਹਨੂੰ ਗੁਰਬਾਣੀ ਤਾਂ ਕਿਹਾ ਗਿਆ ਵੀ ਇਹ ਗੁਰੂਆਂ ਦੀ ਬਾਣੀ ਹੈ, ਗੁਰੂਆਂ ਨੇ ਉਚਾਰੀ। ਅਤੇ ਸਾਡੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸਿੱਖ ਪੰਥ ਨੂੰ ਇੱਕ ਗ੍ਰੰਥ ਦੇ ਰੂਪ ਦੇ ਵਿੱਚ, ਇਹ ਗੁਰੂ ਦੇ ਰੂਪ ਵਿੱਚ ਗ੍ਰੰਥ ਦੇ ਦਿੱਤੇ ਕਿ ਇਹ ਅੱਜ ਤੋਂ ਤੁਸੀਂ ਇਹ ਗ੍ਰੰਥ ਤੋਂ ਸੇਧ ਲੈਣੀ ਹੈ, ਅਤੇ ਸਾਡੇ ਲਈ ਉਹ ਗ੍ਰੰਥ ਦੀ ਬਹੁਤ ਅਹਿਮੀਅਤ ਹੈ। ਇਸੇ ਕਰਕੇ ਇਹਨਾਂ ਗ੍ਰੰਥਾਂ ਦੀ ਸੰਭਾਲ ਕਰਨੀ, ਇਹਨਾਂ ਨੂੰ ਪ੍ਰਿਜ਼ਰਵ ਕਰਕੇ ਰੱਖਣਾ, ਰੈਸਟ ਰੀਸਟੋਰ ਕਰਨਾ, ਇਹ ਸਮੇਂ ਦੀ ਲੋੜ ਵੀ ਸੀ।
ਅਤੇ ਉਹ ਲੋੜ ਨੂੰ ਦੇਖਦੇ ਹੋਏ ਮੈਂ ਕਹਿ ਲਓ ਕਿ ਆਪਣੀ ਪਿਛਲੇ 30 ਸਾਲ ਤੋਂ ਮੈਂ ਲੱਗਿਆ ਹੋਇਆ, ਮੈਂ ਇੰਜੀਨੀਅਰਿੰਗ ਕੀਤੀ ਪਰ ਜੋਬ ਨਹੀਂ ਕੀਤੀ, ਮੈਂ ਜਿਉਂ ਇਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਕਰਦੇ 30 ਸਾਲ ਤੋਂ ਮੈਂ ਆਪਣੀ ਸਾਰੀ ਅੱਜ ਤੱਕ ਦੀ ਜਿੰਨੀ ਮੇਰੀ ਅਰਨਿੰਗ ਸੀ ਮੈਂ ਉਹ ਵੀ ਲਾਈ, ਮੈਂ ਆਪਣੀ ਈਵਨ ਲੈਂਡ ਵੇਚ ਕੇ ਵੀ ਕੋਸ਼ਿਸ਼ ਕੀਤੀ ਕਿ ਜ਼ਮੀਨ ਵੇਚ ਕੇ ਵੀ ਸਾਰੇ ਗ੍ਰੰਥ ਪੁਰਾਤਨ ਜਿੱਥੋਂ ਜਿੱਥੋਂ ਮਿਲਦੇ ਆ ਉਹ ਮੈਂ ਇਕੱਠੇ ਕਰ ਲਾਂ, ਅਤੇ ਅੱਜ ਉਹਦਾ ਨਤੀਜਾ ਕਿ ਬਹੁਤ ਕਿਰਪਾ ਪਰਮਾਤਮਾ ਦੀ ਮੈਂ ਸਮਝਦਾ ਕਿ ਇੰਨੇ ਮੈਂ ਗ੍ਰੰਥ ਇਕੱਠੇ ਕਰ ਲਏ ਅਤੇ ਆਉਣ ਵਾਲੀ ਪੀੜ੍ਹੀ ਲਈ ਇੱਕ ਬਹੁਤ ਖਜ਼ਾਨਾ ਅਸੀਂ ਛੱਡ ਕੇ ਜਾਵਾਂਗੇ, ਅਤੇ ਤੁਹਾਡਾ ਅੱਜ ਆਉਣ ਦਾ ਵੀ ਮਕਸਦ ਮੇਰੇ ਲਈ ਬਹੁਤ ਅੱਛਾ, ਤੁਸੀਂ ਆਏ ਹੋ ਅਤੇ ਮੇਰੇ ਇੱਕ ਤਰ੍ਹਾਂ ਨਾਲ ਤੁਸੀਂ ਮੈਨੂੰ ਹੌਸਲਾ ਦਿੱਤਾ ਆ ਕੇ ਕਿ ਤੁਸੀਂ ਦੁਨੀਆ ਤੱਕ ਇਹ ਪਹੁੰਚਾ ਸਕੋ ਜੀ। ਬਿਲਕੁਲ, ਜੋ ਕੰਮ ਕੀਤਾ ਜਾ ਰਿਹਾ ਔਰ ਵਾਕਈ ਇੱਦਾਂ ਦੀਆਂ ਚੀਜ਼ਾਂ ਪੂਰੇ ਵਰਲਡ ਦੇ ਵਿੱਚ ਪਹੁੰਚਾਉਣੀਆਂ ਬਹੁਤ ਜ਼ਰੂਰੀ ਨੇ, ਖਾਸ ਕਰਕੇ ਜਿਹੜੀਆਂ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਨੇ, ਜੋ ਚੀਜ਼ਾਂ ਅਸੀਂ ਮਿਸ ਕਰ ਚੁੱਕੇ ਹਾਂ, ਕੁਛ ਚੀਜ਼ਾਂ ਨੂੰ ਅਸੀਂ ਭੁਲਾ ਚੁੱਕੇ ਹਾਂ, ਜੋ ਸਾਨੂੰ ਮਤਲਬ ਆਉਣ ਵਾਲੀਆਂ ਪੀੜ੍ਹੀ ਨੂੰ ਪਤਾ ਹੀ ਨਹੀਂ ਹੈ, ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਨੇ ਜਿਹੜੀਆਂ ਸਾਨੂੰ ਲੱਗਦਾ ਕਿ ਇਹ ਇੰਪੋਰਟੈਂਟ ਨੇ ਪਰ ਉਹਦੇ ਬਾਰੇ ਸਾਨੂੰ ਜਾਣਕਾਰੀ ਬਿਲਕੁਲ ਵੀ ਨਹੀਂ ਹੈ, ਸਾਡੇ ਕੋਲ ਸਮਾਂ ਹੀ ਨਹੀਂ ਹੈ ਉਹਨੂੰ ਪੜ੍ਹਨ ਦਾ, ਉਹਨੂੰ ਸਟੱਡੀ ਕਰਨ ਦਾ, ਕਿਉਂਕਿ ਜਿਹੜਾ ਹੁਣ ਦਾ ਯੁੱਗ ਚੱਲ ਰਿਹਾ ਨਾ ਉਹ ਕਿਸੇ ਹੋਰ ਹੀ ਪੜਾਅ ਵੱਲ ਹੈ, ਕਿਸੇ ਕੋਲ ਟਾਈਮ ਹੀ ਨਹੀਂ ਹੈ। ਸੋ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਰੂਬਰੂ ਕਰਾ ਕੇ ਪ੍ਰੋਗਰਾਮ ਅਨਮੋਲ ਖਜ਼ਾਨਾ ਵਾਕਈ ਮਾਣ ਮਹਿਸੂਸ ਕਰਦਾ, ਔਰ ਖਾਸ ਕਰਕੇ ਰਣਦੀਪ ਸਰ ਤੁਸੀਂ ਅਜਿਹੀ ਸੋਚ ਦੇ ਮਾਲਕ ਹੋ, ਪਰਮਾਤਮਾ ਨੇ ਤੁਹਾਨੂੰ ਸੋਝੀ ਬਖਸ਼ੀ ਔਰ ਕੀ ਕਹਿੰਦੇ ਯੰਗ ਯੂਥ ਵਾਸਤੇ ਵੀ ਇਹ ਬੜੇ ਮਾਣ ਵਾਲੀ ਫਕਰ ਵਾਲੀ ਗੱਲ ਹੈ। ਸੋ ਗ੍ਰੰਥਾਂ ਦੀ ਜੇ ਗੱਲ ਕਰਦੇ ਹਾਂ, ਕੁਲੈਕਸ਼ਨ ਤੁਸੀਂ ਦੱਸੀ ਕਿੰਨੀ ਹੈ, ਕਿੱਦਾਂ ਕਿੱਦਾਂ ਹੋਈ, ਲੇਕਿਨ ਇੰਨੀ ਸਾਰੇ ਗ੍ਰੰਥਾਂ ਨੂੰ ਇਕੱਠੇ ਕਰਨਾ ਕੋਈ ਸੌਖਾ ਕੰਮ ਨਹੀਂ ਸੀ। ਇੱਕ ਗ੍ਰੰਥ ਤੋਂ ਸ਼ੁਰੂਆਤ ਹੋਈ, ਫਿਰ ਉਹਦੀ ਰਿਸਰਚ ਕਰਨੀ, ਉਹਨੂੰ ਟਾਈਮ ਦੇਣਾ, ਵੱਖਰੇ ਵੱਖਰੇ ਹਿਸਾਬ ਨਾਲ ਉਹ ਚੱਲਣਾ, ਸੋ ਇਹ ਪ੍ਰੋਸੈਸ ਕਿੱਦਾਂ ਚੱਲਦਾ? ਮਤਲਬ ਪਰਮਾਤਮਾ ਆਪਣੇ ਆਪ ਉੱਧਰ ਨੂੰ ਤੋਰਦਾ ਕਿ ਜਾਂ ਬੰਦਾ ਫਿਰ ਜਿੱਦਾਂ ਜਿੱਦਾਂ ਉਹਦੀ ਸਟੱਡੀ ਕਰਦਾ ਫਿਰ ਉਹਨੂੰ ਪਤਾ ਲੱਗਦਾ ਕਿ ਹਾਂ ਇਸ ਚੀਜ਼ ਦੇ ਨਾਲ ਆਹ ਚੀਜ਼ ਜੁੜੀ ਹੋਈ ਹੈ, ਫਿਰ ਕੜੀ ਦਰ ਕੜੀ ਆਪਣੇ ਆਪ ਜੁੜਦੀ ਹੈ। ਹਾਂਜੀ, ਇਹ ਇੱਕ ਮਤਲਬ ਇੱਕ ਮਕਸਦ ਹੁੰਦਾ, ਜਿਵੇਂ ਤੁਸੀਂ ਇੱਕ ਥੋਟ ਬ੍ਰੇਨ 'ਚ ਕ੍ਰੀਏਟ ਕਰਦੇ ਹੋ, ਉਹ ਥੋਟ ਕ੍ਰੀਏਟ ਕਰਦਿਆਂ ਹੀ ਤੁਹਾਨੂੰ ਉਹਦੇ ਨਾਲ ਦੇ ਰਿਸੋਰਸਿਸ ਆਪਣੇ ਆਪ ਮਿਲਣ ਲੱਗ ਪੈਂਦੇ, ਤੁਹਾਨੂੰ ਉਹ ਰਸਤੇ ਮਿਲਣ ਲੱਗ ਪੈਂਦੇ ਆ, ਤੁਸੀਂ ਉਸ ਚੀਜ਼ ਜਿਸ ਚੀਜ਼ ਦੀ ਖੋਜ ਕਰ ਰਹੇ ਹੁੰਦੇ ਹੋ ਤੁਹਾਨੂੰ ਆਪਣੇ ਆਪ ਉਹ ਨੈਟਵਰਕ ਬਣਦਾ ਜਾਂਦਾ ਹੌਲੀ ਹੌਲੀ। ਜਿਵੇਂ ਮੈਂ ਕਿਤੇ ਮੰਨ ਲਓ ਸਕੂਲਾਂ 'ਚ ਕਾਲਜਾਂ 'ਚ ਮੇਰੀ ਸ਼ੁਰੂ ਤੋਂ ਕੋਸ਼ਿਸ਼ ਰਹੀ ਕਿ ਗ੍ਰਾਸ ਰੂਟ 'ਤੇ ਅਸੀਂ ਫੜੀਏ, ਬੱਚਿਆਂ ਨੂੰ ਪਕੜੀਏ। ਮੈਂ ਪਿਛਲੇ 30 ਸਾਲ ਦੇ ਵਿੱਚ 200 ਤੋਂ ਵੱਧ ਪ੍ਰਦਰਸ਼ਨੀਆਂ ਸਕੂਲਾਂ ਕਾਲਜਾਂ 'ਚ, ਇਤਿਹਾਸਿਕ ਮੌਕਿਆਂ 'ਤੇ, ਗੁਰਦੁਆਰਿਆਂ 'ਚ ਲਗਾ ਚੁੱਕਾ, ਅਤੇ ਮੈਨੂੰ ਕਈ ਵਾਰੀ ਇੱਦਾਂ ਵੀ ਬੜੀ ਮਦਦ ਮਿਲੀ ਕਿ ਜੇ ਮੈਂ ਕਿਤੇ ਮੰਨ ਲਓ ਕਿਸੇ ਕਾਲਜ ਦੇ ਵਿੱਚ ਐਗਜੀਬਿਸ਼ਨ ਲਗਾਈ ਹੋਈ ਆ ਜਾਂ ਕਿਸੇ ਗੁਰਦੁਆਰੇ 'ਚ ਮੈਂ ਐਗਜੀਬਿਸ਼ਨ ਲਗਾਈ, ਤਾਂ ਮੈਨੂੰ ਉੱਥੇ ਲੋਕਾਂ ਨੇ ਦੇਖ ਕੇ ਕਿਹਾ ਕਿ ਹਾਂ ਇੱਦਾਂ ਦੀ ਪੋਥੀ ਸਾਡੇ ਘਰ ਵੀ ਪਈ ਆ ਪਰ ਸਾਡੇ ਬੱਚੇ ਇੰਟਰਸਟਿਡ ਨਹੀਂ ਹੈਗੇ ਜਾਂ ਸਾਡੇ ਬੱਚੇ ਉਹਦੇ ਵਿੱਚ ਕੋਈ ਉਤਸ਼ਾਹ ਨਹੀਂ ਲੈਂਦੇ ਜਾਂ ਸਾਡੇ ਤਾਂ ਘਰਦਿਆਂ ਨੇ ਪਹਿਲਾਂ ਵੀ ਪੋਥੀਆਂ ਜਲਾਤੀਆਂ ਸੀ, ਜਲ ਪ੍ਰਵਾਹ ਕਰਤੀਆਂ ਸੀ, ਤੁਸੀਂ ਸੰਭਾਲ ਰਹੇ ਹੋ ਅਤੇ ਤੁਸੀਂ ਲੈ ਲਓ। ਅਤੇ ਮੈਨੂੰ ਕਈ ਵਾਰੀ ਕਈ ਮੌਕਿਆਂ 'ਤੇ ਇੱਦਾਂ ਹੁੰਦਾ ਕਿ ਮੈਂ ਪ੍ਰਦਰਸ਼ਨੀ ਲਗਾਈ ਹੁੰਦੀ ਹੈ ਅਤੇ ਜਿਨ੍ਹਾਂ ਦੇ ਘਰਾਂ 'ਚ ਪੋਥੀਆਂ ਪਈਆਂ ਹੁੰਦੀਆਂ ਉਹ ਅਗਲੇ ਦਿਨ ਮੈਨੂੰ ਉੱਥੇ ਲਿਆ ਕੇ ਦੇ ਦਿੰਦੇ ਆ। ਤੁਸੀਂ ਸਾਂਭ ਲਓ, ਸਾਡੇ ਕੋਲ ਮਤਲਬ ਸਾਡੀ ਐਡੀ ਸੋਝ ਹੀ ਨਹੀਂ ਹੈਗੀ ਸਾਂਭਣ ਦੀ। ਹਾਂਜੀ, ਜਿਵੇਂ ਕਿਉਂਕਿ ਪ੍ਰਥਾ ਚੱਲੀ ਆਉਂਦੀ ਸੀ ਲੋਕਾਂ ਦੇ ਵਿੱਚ, ਇੱਕ ਨਾ ਕੁਛ ਇਹੋ ਜਿਹੀਆਂ ਚੀਜ਼ਾਂ ਘਰ ਕਰ ਗਈਆਂ ਸੀ ਕਿ ਹਾਂ ਜਿਵੇਂ ਕਾਰ ਸੇਵਾ ਵਾਲਿਆਂ ਨੇ ਸ਼ੁਰੂ 'ਚ ਤੁਸੀਂ ਦੇਖੋ ਸੋਰੀ ਪੁਰਾਤਨ ਜਿਹੜੇ ਗੁਰਦੁਆਰੇ ਹੈ ਉਹਨਾਂ ਦੀਆਂ ਪੁਰਾਣੀਆਂ ਬਿਲਡਿੰਗਾਂ ਸੀ, ਪੁਰਾਣਾ ਸਟਰਕਚਰ ਸੀ ਉਹਦਾ, ਆਰਕੀਟੈਕਚਰ ਜਿਹੜਾ ਓਲਡ ਆਰਕੀਟੈਕਚਰ ਸੀ 200 ਸਾਲ ਪਹਿਲਾਂ 300 ਸਾਲ ਪੁਰਾਣੇ, ਉਹਨੂੰ ਸੰਭਾਲਣ ਦੀ ਬਜਾਏ ਇਹਨਾਂ ਨੇ ਜਿੰਨੀਆਂ ਪੇਂਟਿੰਗਸ ਬਣੀਆਂ ਹੋਈਆਂ ਸੀ ਜਾਂ ਉਹਦੇ 'ਤੇ ਇਨੈਮਲ ਪੇਂਟ ਕਰਤਾ, ਉਹ ਚੀਜ਼ਾਂ ਸਾਡੇ ਤੋਂ ਗੁਆਚ ਗਈਆਂ। ਅਤੇ ਇੱਦਾਂ ਹੀ ਗ੍ਰੰਥ ਵੀ ਲੋਕਾਂ ਨੇ ਸੰਸਕਾਰ ਕਰਤੇ ਜਾਂ ਜਲ ਪ੍ਰਵਾਹ ਕਰਤੇ। ਅਤੇ ਸਰ ਜੇ ਆਪਾਂ ਗੱਲ ਕਰਦੇ, ਤੁਸੀਂ ਕਿਹਾ ਕਿ ਤੁਸੀਂ ਆਪਣਾ ਲੈਂਡ ਵੀ ਕੁਛ ਏਰੀਆ ਵੀ ਇੱਦਾਂ ਦਾ ਸੇਲ ਕਰ ਦਿੱਤਾ, ਤੁਸੀਂ ਆਪਣੀ ਪੂਰੀ ਇਨਕਮ 30-50 ਸਾਲਾਂ ਦੀ ਜਿੰਨੀ ਵੀ ਸੀਗੀ ਤੁਸੀਂ ਜੋੜੀ ਹੋਈ ਤੁਹਾਡੇ ਪੁਰਖਾਂ ਦੀ, ਉਹ ਸਾਰੀ ਤੁਸੀਂ ਇਹਨਾਂ ਚੀਜ਼ਾਂ ਨੂੰ ਸਾਂਭਣ ਦੇ ਲਈ, ਕਲੈਕਟ ਕਰਨ ਦੇ ਲਈ ਲਾ ਦਿੱਤੀ। ਸੋ ਤੁਸੀਂ ਆਪਣਾ ਇੱਕ ਮਿਊਜ਼ੀਅਮ ਬਣਾਉਣਾ ਚਾਹੁੰਦੇ ਹੋ, ਸੋਚ ਬਹੁਤ ਵਧੀਆ, ਲੇਕਿਨ ਉਹਦੇ ਵੱਲੋਂ ਸਰਕਾਰਾਂ ਦਾ ਕੋਈ ਹੈਲਪ ਜਾਂ ਜਿੱਦਾਂ ਤੁਸੀਂ ਐਗਜੀਬਿਸ਼ਨ ਯੂਨੀਵਰਸਿਟੀ ਕਾਲਜਿਸ ਦੇ ਵਿੱਚ ਲਗਾਉਂਦੇ ਹੋ, ਸੋ ਹੁੰਗਾਰਾ ਭਰਵਾਂ ਮਿਲਦਾ ਹੈ, ਲੇਕਿਨ ਉਹ ਕਰਨ ਦੇ ਲਈ ਹੈ ਨਾ, ਉਹਦੇ ਵਾਸਤੇ ਪੈਸੇ ਦੀ ਬਹੁਤ ਲੋੜ ਹੁੰਦੀ ਹੈ। ਸੋ ਕੀ ਸੋਚਦੇ ਹੋ ਕਿ ਕਿੰਨਾ ਸਮਾਂ ਲੱਗ ਸਕਦਾ ਹੈ, ਆਉਣ ਵਾਲੇ ਕਿਹੜੇ ਸਮੇਂ ਦੇ ਵਿੱਚ ਤੁਸੀਂ ਜਿਹੜੀ ਉਹਦੀ ਬੁਨਿਆਦ ਨੀਂਹ ਪੱਥਰ ਰੱਖੋਗੇ, ਅਤੇ ਤਾਂ ਕਿ ਜਿਹੜੇ ਸਾਰਾ ਕੁਛ ਹੈ ਵਾਰ ਵਾਰ ਤੁਹਾਨੂੰ ਚੱਕਣਾ ਥੱਲਣਾ ਪੈਂਦਾ, ਕਿਤੇ ਨਾ ਕਿਤੇ ਤੁਸੀਂ ਐਗਜੀਬਿਸ਼ਨਸ ਲਾਉਂਦੇ ਉਹਦੇ ਵਾਸਤੇ ਜਾਣਾ ਪੈਂਦਾ, ਕਿਉਂਕਿ ਸਮਾਨ ਇੰਨਾ ਜ਼ਿਆਦਾ, ਸੋ ਇੱਕੋ ਹੀ ਜਗ੍ਹਾ 'ਤੇ ਸਾਰਾ ਡਿਸਪਲੇ ਕੀਤਾ ਹੋਊਗਾ ਪ੍ਰੋਪਰ ਤਰੀਕੇ ਦੇ ਨਾਲ, ਔਰ ਲੋਕ ਜਾ ਕੇ ਜਦੋਂ ਵੀ ਦੇਖਣਗੇ ਸੰਗਤਾਂ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੂੰ, ਤਾਂ ਵਾਕਈ ਮਾਣ ਮਹਿਸੂਸ ਕਰਨਗੇ ਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਅਜਿਹੀ ਸ਼ਖਸੀਅਤ ਹੈ ਜਿਹਨੇ ਵਾਕਈ ਸਭ ਕੁਛ ਆਪਣਾ ਗਵਾ ਕੇ ਲੇਕਿਨ ਬਹੁਤ ਕੁਛ ਪਾ ਲਿਆ ਹੈ। ਸੋ ਇਹਦੇ ਬਾਰੇ ਗੱਲ ਕਰਾਂਗੇ, ਲੇਕਿਨ ਉਸ ਤੋਂ ਪਹਿਲੇ ਲੈਂਦੇ ਹਾਂ ਛੋਟਾ ਜਿਹਾ ਬ੍ਰੇਕ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਅਨਮੋਲ ਖਜ਼ਾਨਾ ਦੇ ਵਿੱਚ, ਔਰ ਅਨਮੋਲ ਖਜ਼ਾਨਾ ਦੇ ਵਿੱਚ ਸਿੱਖ ਇਤਿਹਾਸ ਨਾਲ
ਜੁੜੇ ਹੋਏ ਆ, ਚੀਜ਼ਾਂ ਬਾਰੇ, ਗ੍ਰੰਥਾਂ ਬਾਰੇ ਗੱਲਬਾਤ ਕਰ ਰਹੇ ਸਨ, ਜਾਣਕਾਰੀ ਦੇ ਰਹੇ ਸਨ ਇੰਜੀਨੀਅਰ ਸਰਦਾਰ ਨਰਿੰਦਰਪਾਲ ਸਿੰਘ ਜੀ। ਉਹਨਾਂ ਵੱਲ ਮੁੜ ਚੱਲਦੇ ਹਾਂ ਔਰ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਕਿ ਜੇ ਮਿਊਜ਼ੀਅਮ ਦੀ ਗੱਲ ਹੁੰਦੀ ਹੈ ਤਾਂ ਮਿਊਜ਼ੀਅਮ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਸਮਾਂ ਲੱਗ ਸਕਦਾ ਹੈ, ਕਿੱਦੋਂ ਉਹਨਾਂ ਦਾ ਜਿਹੜੀ ਸ਼ੁਰੂਆਤ ਮਿਊਜ਼ੀਅਮ ਦੀ ਹੋ ਜਾਣੀ ਹੈ? ਐਕਚੁਅਲੀ ਮੈਂ ਜਿੱਦਾਂ ਜਿੱਦਾਂ ਪ੍ਰਦਰਸ਼ਨੀਆਂ ਲਗਾਉਂਦਾ ਸਕੂਲਾਂ ਕਾਲਜਾਂ ਦੇ ਵਿੱਚ, ਅਤੇ ਉਹ ਮੈਨੂੰ ਹੁਣ ਤੱਕ 200 ਤੋਂ ਵੱਧ ਪ੍ਰਦਰਸ਼ਨੀਆਂ ਲਗਾ ਚੁੱਕਾ ਮੈਂ। ਸਾਰਾ ਸਮਾਨ ਫਿਰ ਚਾਹੇ ਉਹ ਪ੍ਰਦਰਸ਼ਨੀ ਪੰਜਾਬ, ਚਾਹੇ ਪੰਜਾਬ ਤੋਂ ਬਾਹਰ ਹੈ, ਦਿੱਲੀ, ਯੂਪੀ, ਬਾਹਰ ਤੱਕ ਮੈਂ ਲਗਾਈਆਂ, ਪਰ ਉਹਦੇ ਵਿੱਚ ਕੀ ਹੈ ਕਿ ਮੈਨੂੰ ਸਾਰਾ ਸਮਾਨ ਚੁੱਕ ਕੇ ਵਾਰ ਵਾਰ ਲੈ ਕੇ ਜਾਣਾ ਪੈਂਦਾ। ਉਹਦੀ ਸਿਕਿਉਰਿਟੀ ਹੁੰਦੀ ਆ ਵੀ ਇੰਨਾ ਕੀਮਤੀ ਚੀਜ਼ਾਂ ਜਿਹੜੀਆਂ ਜੇ ਗੁੰਮ ਹੋ ਜਾਣ ਤਾਂ ਮੁੜ ਕੇ ਅਸੀਂ ਦੁਬਾਰਾ ਬਾਜ਼ਾਰ 'ਚੋਂ ਖਰੀਦ ਵੀ ਨਹੀਂ ਸਕਦੇ। ਇਹੋ ਜਿਹੀਆਂ ਕਈ ਰੇਅਰ ਚੀਜ਼ਾਂ ਜਿਹੜੀਆਂ ਇੱਕ ਨਾਲ ਦਾ ਇੱਕੋ ਹੀ ਚੀਜ਼ ਹੈ ਅਤੇ ਉਹ ਦੁਬਾਰਾ ਮਿਲਣੀ ਵੀ ਨਹੀਂ। ਅਤੇ ਮੇਰਾ ਮਕਸਦ ਸੀ ਇਹਨੂੰ ਇੱਕ ਵੱਡਾ ਸਾਰਾ ਮਿਊਜ਼ੀਅਮ ਬਣਾ ਦਿੱਤਾ ਜਾਵੇ, ਪਰ ਸਮੇਂ ਤੋਂ ਪਿਛਲੇ 10-15 ਸਾਲ ਤੋਂ ਮੈਂ ਟਰਾਈ ਕਰ ਰਿਹਾ ਸੀ, ਪਰ ਪਿਛਲੇ 10 ਸਾਲ 'ਚ ਸਰਕਾਰਾਂ ਵੱਲੋਂ ਕੋਈ ਸਹਿਯੋਗ ਨਹੀਂ ਮਿਲਿਆ, ਪਿਛਲੀ ਸਰਕਾਰ ਵੱਲੋਂ ਵੀ ਨਹੀਂ ਮਿਲਿਆ। ਅਤੇ ਮੇਰੀ ਕੋਸ਼ਿਸ਼ ਸੀ ਕਿ ਪੰਜਾਬ ਦੇ ਵਿੱਚ ਮੈਨੂੰ ਕਿਤੇ ਇੱਕ ਇਹੋ ਜਿਹੀ ਲੈਂਡ, ਇਹੋ ਜਿਹੀ ਜਗ੍ਹਾ ਮਿਲੇ ਜਿੱਥੇ ਅਸੀਂ ਇੱਕ ਬਹੁਤ ਵੱਡਾ ਸਿੱਖ ਅਜਾਇਬ ਘਰ ਬਣਾ ਸਕੀਏ। ਕਿਉਂਕਿ ਜਿਹੜੇ ਪਹਿਲਾਂ ਸਿੱਖ ਅਜਾਇਬ ਘਰ ਦੇ ਨਾਂ 'ਤੇ ਕੇਂਦਰੀ ਸਿੱਖ ਅਜਾਇਬ ਘਰ ਹੈ, ਚਾਹੇ ਉਹਦੇ ਵਿੱਚ ਵੀ ਇੱਕ ਸੀਮਤ ਗਿਣਤੀ ਦੇ ਵਿੱਚ ਹਥਿਆਰ ਜਾਂ ਸਿੱਕੇ ਜਾਂ ਗ੍ਰੰਥ ਰੱਖੇ ਗਏ ਆ, ਉਦੋਂ ਤੋਂ ਵੀ ਕਿਸੇ ਨੂੰ ਉਹਦੀ ਜਾਣਕਾਰੀ ਨਹੀਂ ਮਿਲਦੀ ਵੀ ਉਹ ਕੀ ਹੈ। ਉਹਨਾਂ ਦੀ ਅਪਰੋਚ ਇੱਦਾਂ ਦੀ ਹੈ ਕਿ ਉੱਥੇ ਹਰ ਕੋਈ ਪਹੁੰਚਦਾ ਨਹੀਂ ਹੈ। ਅਤੇ ਮੇਰਾ ਇੱਕ ਕੋਸ਼ਿਸ਼ ਸੀ ਕਿ ਮੈਂ ਸਰਕਾਰਾਂ ਕੋਲੋਂ ਡਿਮਾਂਡ ਵੀ ਕੀਤੀ ਕਿ ਮੈਨੂੰ ਪੰਜਾਬ ਦੇ ਵਿੱਚ ਕਿਤੇ ਇਹੋ ਜਿਹੀ ਜਗ੍ਹਾ ਮਿਲੇ ਜਿੱਥੇ ਸਾਰਾ ਕੁਛ ਬਣਾ ਕੇ ਇੱਕ ਵੱਡਾ ਇੱਕ ਸਿੱਖ ਅਕਾਲ ਸਾਹਿਬ ਅਜਾਇਬ ਘਰ, ਮੇਰਾ ਜਿਹੜਾ ਸੁਪਨਾ ਵੀ ਅਕਾਲ ਸਾਹਿਬ ਮਿਊਜ਼ੀਅਮ ਮੈਂ ਇੱਕ ਬਣਾਉਣਾ ਚਾਹੁੰਦਾ ਜਿੱਥੇ ਸਾਰੀਆਂ ਚੀਜ਼ਾਂ ਡਿਸਪਲੇ ਕੀਤੀਆਂ ਜਾਣ। ਆਉਣ ਵਾਲੀ ਜਨਰੇਸ਼ਨ, ਜਿਹੜੇ ਸਟੂਡੈਂਟਸ ਹੈ, ਜਿਹੜੇ ਆਉਣ ਵਾਲੇ ਹੋਰ ਲੋਕ ਹੈ, ਉਹ ਦੇਖਣ, ਜਿਹੜੇ ਟੂਰਿਸਟ ਬਾਹਰੋਂ ਆਉਂਦੇ ਆ, ਉਹਨਾਂ ਨੂੰ ਅਸੀਂ ਦੱਸ ਸਕੀਏ ਕਿ ਸਾਡੇ ਗੁਰੂਆਂ ਨੇ ਸਾਨੂੰ ਵਿਰਾਸਤ ਕੀ ਦਿੱਤੀ, ਕਿਹੜੇ ਸ਼ਸਤਰ ਦਿੱਤੇ, ਕਿਹੜੇ ਸ਼ਾਸਤਰ ਦਿੱਤੇ, ਅਤੇ ਨਾਨਕ ਸ਼ਾਹੀ ਸਿੱਕੇ ਜਿਨ੍ਹਾਂ ਦੀ ਵਿਲੱਖਣਤਾ ਦੁਨੀਆ 'ਚ ਅਲੱਗ ਹੈ। ਤਾਂ ਮੇਰੀ ਕੋਸ਼ਿਸ਼ ਹੈ ਕਿ ਇੱਕ ਨਵਾਂ, ਇੱਕ ਬਹੁਤ ਵੱਡਾ ਮਿਊਜ਼ੀਅਮ ਇਹੋ ਜਿਹਾ ਦਿੱਤਾ ਜਾਵੇ ਵੀ ਜਿੱਥੇ ਆਉਣ ਵਾਲਾ ਟੂਰਿਸਟ ਵੀ ਆ ਕੇ ਜਾਣਕਾਰੀ ਲਵੇ, ਜਿਹੜੇ ਸਿੱਖ ਧਰਮ ਨੂੰ ਨਹੀਂ ਬਿਲੋਂਗ ਕਰਦੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਸਿੱਖਾਂ ਦਾ ਇਤਿਹਾਸ ਕੀ ਹੈ। ਸਿੱਖਾਂ ਨੂੰ ਦੱਸਣਾ ਤਾਂ ਜ਼ਰੂਰੀ ਹੈ, ਇਹ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ, ਸਿੱਖਾਂ ਨੂੰ ਵੀ ਦੇਣੀ ਜ਼ਰੂਰੀ ਹੈ। ਕਿਉਂਕਿ ਕਈ ਸਿੱਖਾਂ ਨੂੰ ਹੀ ਨਹੀਂ ਪਤਾ ਕਿ ਸਾਡੇ ਨਾਂ ਦਾ, ਸਾਡੇ ਗੁਰੂ ਦੇ ਨਾਂ ਦਾ ਸਿੱਕਾ ਵੀ ਚੱਲਿਆ, ਜਾਂ ਜਿਹੜੇ ਅਗਲੇ ਬੱਚੇ ਆ ਕੋਨਵੈਂਟ ਸਕੂਲਾਂ 'ਚ ਪੜ੍ਹਦੇ ਆ ਜਿੱਥੇ ਪੰਜਾਬੀ ਬੋਲਣ 'ਤੇ ਵੀ ਪਾਬੰਦੀ ਹੈ। ਜੀ, ਹੁਣ ਤਰਾਸ ਇਹ ਹੈ ਕਿ ਸਾਡਾ ਪੰਜਾਬ ਜਿਹੜਾ ਭਾਵੇਂ ਉਹ ਪੰਜਾਬੀ ਸੂਬਾ ਪੰਜਾਬੀ ਭਾਸ਼ਾ 'ਤੇ ਬਣਿਆ ਸੀ, ਭਾਸ਼ਾ ਦੇ ਆਧਾਰ 'ਤੇ ਵੰਡ ਕੀਤੀ ਗਈ ਸੂਬੇ ਦੀ ਕਿ ਪਹਾੜੀ ਬੋਲਦੇ ਅਲੱਗ, ਹਿੰਦੀ ਬੋਲਦੇ ਇਲਾਕੇ ਅਲੱਗ, ਪੰਜਾਬੀ ਬੋਲਦਾ ਇਲਾਕਾ ਅਲੱਗ। ਪਰ ਤਰਾਸਦੀ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਵੀ ਜਿਹੜੇ 90% ਆਫ ਦਾ ਪਬਲਿਕ ਸਕੂਲਸ, ਉਹ ਅਲਾਊਡ ਨਹੀਂ ਕਰਦੇ ਕਿ ਉੱਥੇ ਬੱਚੇ ਪੰਜਾਬੀ 'ਚ ਗੱਲ ਕਰਨ, ਉਹਨਾਂ ਨੂੰ ਇੰਗਲਿਸ਼ ਸਪੀਕਿੰਗ ਕਰਾਈ ਜਾਂਦੀ ਹੈ। ਮਾਂ ਪਿਓ ਬਹੁਤ ਖੁਸ਼ ਹੁੰਦੇ ਕਿ ਸਾਡਾ ਬੱਚਾ ਇੰਗਲਿਸ਼ ਬੋਲਦਾ, ਪਰ ਨਾਲ ਦੀ ਨਾਲ ਦੁਨੀਆ ਦੇ ਨਾਲ ਚੱਲੋ, ਇੰਗਲਿਸ਼ ਵੀ ਸਿੱਖੋ, ਪਰ ਜਿਹੜਾ ਤੁਹਾਡਾ ਵਿਰਸਾ ਹੈ, ਤੁਹਾਡੀ ਵਿਰਾਸਤ ਹੈ, ਤੁਸੀਂ ਉਹਦੇ ਨਾਲੋਂ ਟੁੱਟੋ ਨਾ, ਆਪਣੀਆਂ ਜੜ੍ਹਾਂ ਨਾਲ ਜੁੜੇ ਰਹੋ। ਜੇ ਗਰੋ ਕਰਨਾ ਤਾਂ ਬਹੁਤ ਵੱਡਾ ਪੇੜ ਬਣ ਸਕਦਾ, ਪਰ ਉਹਨੂੰ ਆਪਣੀਆਂ ਜੜ੍ਹਾਂ ਨਾਲ ਤਾਂ ਜ਼ਮੀਨ 'ਚ ਰਹਿਣਾ ਪੈਂਦਾ, ਤਾਂ ਹੀ ਉਹ ਪੇੜ ਵੱਧ ਫੁੱਲ ਸਕਦਾ ਜੇ ਜੜ੍ਹਾਂ ਨਾਲ ਜੁੜਿਆ ਰਹੇਗਾ। ਅਤੇ ਉਹ ਇੰਗਲਿਸ਼ ਸਕੂਲਾਂ ਦੇ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਅਤੇ ਇਹਨਾਂ ਚੀਜ਼ਾਂ ਨੂੰ ਦੱਸਣ ਲਈ ਇੱਕ ਮਿਊਜ਼ੀਅਮ ਹੋਣਾ ਜ਼ਰੂਰੀ ਹੈ, ਜਿੱਥੋਂ ਸਾਡੀ ਨੈਕਸਟ ਜਨਰੇਸ਼ਨ ਜਿਹੜੀ, ਜਿਹਨਾਂ ਨੂੰ ਸਕੂਲਾਂ 'ਚ ਉਸ ਤੋਂ ਦੂਰ ਕਰਤਾ ਗਿਆ। ਕਈ ਸਬਜੈਕਟ ਸਕੂਲਾਂ ਦੀਆਂ ਪਾਠ ਪੁਸਤਕਾਂ ਦੇ ਵਿੱਚ ਵੀ ਸਿੱਖ ਇਤਿਹਾਸ ਨਾਲ ਜੁੜੇ ਜਿਹੜੇ ਚੈਪਟਰ ਸੀ ਉਹ ਖਤਮ ਕਰਤੇ ਗਏ। ਪਿਛਲੇ ਸਮੇਂ 'ਚ ਦੇਖਣ 'ਚ ਆਇਆ ਜਦੋਂ ਅਸੀਂ ਛੋਟੇ ਸੀ, ਅੱਜ ਤੋਂ 40 ਸਾਲ ਪਹਿਲਾਂ ਜਦੋਂ ਅਸੀਂ ਸਕੂਲਾਂ 'ਚ ਪੜ੍ਹਦੇ ਸੀ, ਸਾਡੀਆਂ ਜਿਹੜੀਆਂ ਟੈਕਸਟ ਬੁੱਕ ਸੀਗੀਆਂ ਉਹ 'ਚ ਜੱਸਾ ਸਿੰਘ ਆਲੂਵਾਲੀਆ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ, ਉਹਨਾਂ ਬਾਰੇ ਦੱਸਿਆ ਗਿਆ ਸੀ। ਪਰ ਹੁਣ ਅੱਜ ਜਿਹੜੀਆਂ ਤੁਸੀਂ ਕੋਨਵੈਂਟ ਸਕੂਲ ਦੀਆਂ ਬੁੱਕਸ ਦੇਖ ਲਓ, ਕਿਸੇ ਪਬਲਿਕ ਸਕੂਲ ਦੀਆਂ ਦੇਖ ਲਓ, ਉਹਨਾਂ 'ਚ ਕਿਸੇ ਕਿਤਾਬ 'ਚ ਇਹਨਾਂ ਜਰਨੈਲਾਂ ਦਾ ਜ਼ਿਕਰ ਹੀ ਨਹੀਂ ਹੈ। ਹੌਲੀ ਹੌਲੀ ਇੱਕ ਸਾਜਿਸ਼ ਦੇ ਤਹਿਤ ਇਹਨਾਂ ਨੂੰ ਚੀਜ਼ਾਂ ਨੂੰ ਆਉਣ ਵਾਲੀ ਜਨਰੇਸ਼ਨ ਤੋਂ ਦੂਰ ਕੀਤਾ ਜਾ ਰਿਹਾ। ਅਤੇ ਮਿਊਜ਼ੀਅਮ ਬਣਾਉਣ ਦਾ ਮਕਸਦ ਇਹ ਹੈ ਕਿ ਉਹ ਬੱਚੇ ਜਿਹਨਾਂ ਨੂੰ ਸਕੂਲਾਂ 'ਚ ਨਹੀਂ ਮਿਲ ਰਿਹਾ ਕੁਛ, ਮਾਂ ਪਿਓ ਤੋਂ ਘਰੋਂ ਵੀ ਨਹੀਂ ਮਿਲ ਰਿਹਾ, ਉਹਨਾਂ ਨੂੰ ਇੱਕ ਅਜਾਇਬ ਘਰ ਦੀ ਸਥਾਪਨਾ ਕਰਕੇ ਆਪਣੀ ਹੈਰੀਟੇਜ ਉਹਨਾਂ ਦੇ ਸਾਹਮਣੇ ਰੱਖਤੀ ਜਾਵੇ, ਤਾਂ ਕਿ ਉਹਨੂੰ ਦੇਖ ਕੇ ਕੁਐਸਚਨ ਪੁੱਛਣ, ਸਾਨੂੰ ਪੁੱਛਣ, ਆਪਣੇ ਮਾਂ ਪਿਓ ਨੂੰ ਪੁੱਛਣ ਵੀ ਇਹ ਕੌਣ ਸੀ, ਇਹ ਮਹਾਰਾਜਾ ਰਣਜੀਤ ਸਿੰਘ ਕੌਣ ਸੀ, ਹਰੀ ਸਿੰਘ ਨਲੂਆ ਕੌਣ ਸੀ, ਇਹ ਨਾਨਕ ਸ਼ਾਹੀ ਸਿੱਕੇ ਕਿਹੜੇ ਨੇ। ਇਹਦਾ ਮਕਸਦ ਹੀ ਮੇਰੇ ਇਹੀ ਹੈ। ਔਰ ਮੇਰੀ ਵੈਸੇ ਤਾਂ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਨੇ ਅੱਜ ਤੱਕ ਮੈਨੂੰ 30 ਸਾਲ 'ਚ ਕਦੀ ਵੀ ਕਿਸੇ ਪਾਸਿਓਂ ਸਪੋਰਟ ਨਹੀਂ ਮਿਲੀ। ਮੈਂ ਆਪਣੇ ਲੈਵਲ 'ਤੇ ਆਪਣੇ ਦਮ 'ਤੇ ਜਿੰਨਾ ਮੇਰੇ 'ਚ ਹਿੰਮਤ ਸੀ ਮੈਂ ਉਹਦੇ ਲਈ ਜੱਦੋਜਹਿਦ ਵੀ ਕੀਤੀ, ਆਪਣਾ ਸਮਾਨ ਵੀ ਵੇਚਿਆ, ਆਪਣੇ ਐਸੈਟਸ ਵੀ ਸੇਲ ਕੀਤੇ, ਅਤੇ ਮੈਂ ਕੋਸ਼ਿਸ਼ ਕੀਤੀ ਕਿ ਜਿੱਥੋਂ ਜਿੱਥੋਂ ਮੈਨੂੰ ਸਿੱਖ ਇਤਿਹਾਸ ਨਾਲ ਸੰਬੰਧਿਤ ਸਮਾਨ ਮਿਲੇ ਮੈਂ ਖਰੀਦ ਕੇ ਰੱਖ ਲਵਾਂ। ਪਰ ਇੱਕ ਮਿਊਜ਼ੀਅਮ ਬਣਾਉਣਾ ਬਹੁਤ ਵੱਡਾ ਪ੍ਰੋਜੈਕਟ ਹੈ, ਉਹਦੇ ਲਈ ਬਹੁਤ ਮਾਇਆ ਵੀ ਚਾਹੀਦੀ ਹੈ, ਬਹੁਤ ਸਪੇਸ ਵੀ ਚਾਹੀਦੀ ਹੈ, ਕਿਉਂਕਿ ਇਹ ਸਾਰਾ ਸਮਾਨ ਜਿਹੜਾ ਇੱਕ ਥਾਂ 'ਤੇ ਡਿਸਪਲੇ ਕਰਨਾ ਹੋਵੇ ਤਾਂ ਉਹਨੂੰ ਪ੍ਰੋਪਰ ਇੱਕ
ਸਿਕਿਓਰ ਸਿਕਿਓਰ ਸਪੇਸ ਚਾਹੀਦੀ ਹੈ ਕਿ ਇੱਕ ਅੱਛੇ ਕੈਬਨਿਟਸ ਹੋਣ, ਉੱਥੇ ਲਾਈਟਿੰਗ ਹੋਵੇ, ਉੱਥੇ ਸਿਕਿਉਰਟੀ ਸਿਸਟਮ ਹੋਵੇ, ਉਹ ਸਾਰਾ ਇਨਫਰਾਸਟ੍ਰਕਚਰ ਤਿਆਰ ਕਰਨ ਲਈ ਬਹੁਤ ਸਾਰੀ ਲੋੜ ਹੈ। ਉਹ ਸਰਕਾਰਾਂ ਕਰ ਸਕਦੀਆਂ, ਭਾਵੇਂ ਕੋਈ ਗੈਰ ਸਰਕਾਰੀ ਸੰਸਥਾ ਵੀ ਮਦਦ ਕਰ ਸਕਦੀ ਹੈ। ਉਹ 'ਚ ਮੇਰੀ ਗੌਰਮੈਂਟ ਤੋਂ ਤਾਂ ਇਹੀ ਡਿਮਾਂਡ ਰਹੂਗੀ ਕਿ ਪਿਛਲੀ ਸਰਕਾਰ ਤੋਂ ਤਾਂ ਮੈਨੂੰ ਕੋਈ ਉਮੀਦ ਨਹੀਂ ਸੀ, ਅਤੇ ਨਾ ਉਹਨਾਂ ਨੇ ਕਦੀ ਕੋਸ਼ਿਸ਼ ਵੀ ਕੀਤੀ ਇਹਨਾਂ ਪਾਸੇ ਜਾਣ ਦੀ, ਕਿਉਂਕਿ ਉਹ ਇਸ ਚੀਜ਼ 'ਚੋਂ ਮੈਨੂੰ ਪਹਿਲਾ ਕੁਐਸਚਨ ਕਈਆਂ ਨੂੰ ਗੱਲ ਵੀ ਕਰਦੇ, ਉਹ ਕਹਿੰਦੇ ਇਹਦੇ 'ਚੋਂ ਆਪਾਂ ਨੂੰ ਕੀ ਮਿਲੂਗਾ। ਮਤਲਬ ਇੱਕ ਮੈਂਟੈਲਿਟੀ ਜਿਹੜੀ ਆ ਉਹ ਬਿਜ਼ਨਸ ਵਾਲੀ ਸੋਚ ਹੈ ਲੋਕਾਂ ਦੀ ਕਿ ਸਿੱਖ ਮਿਊਜ਼ੀਅਮ ਬਣਾਵਾਂਗੇ ਆਪਾਂ ਨੂੰ ਕੀ ਮਿਲੂਗਾ, ਉਹਨਾਂ ਦਾ ਪਹਿਲਾ ਕੁਐਸਚਨ ਹੁੰਦਾ ਆਪਾਂ ਨੂੰ ਕੀ ਮਿਲਣਾ। ਅਤੇ ਮੇਰਾ ਇਹ ਮਕਸਦ ਨਹੀਂ ਸੀ ਆਪਾਂ ਨੂੰ ਕੁਛ ਮਿਲੇ, ਜੇ ਮਿਲਣਾ ਹੁੰਦਾ ਤਾਂ ਮੈਂ ਆਪਣਾ ਪੈਸਾ ਇੰਨਾ ਇੱਥੇ ਨਾ ਲਾਉਂਦਾ, ਜੇ ਮੈਨੂੰ ਪੈਸੇ ਦਾ ਹੀ ਰੁਝਾਨ ਹੁੰਦਾ ਤਾਂ ਮੈਂ ਪੈਸਾ ਖਰਚ ਕੇ ਇਹ ਚੀਜ਼ਾਂ ਨਾਲ ਇਕੱਠੀਆਂ ਕਰਦਾ। ਹੁਣ ਮੇਰੀ ਕੋਸ਼ਿਸ਼ ਇਹੀ ਹੈ ਕਿ ਆਉਣ ਵਾਲੇ ਸਮੇਂ 'ਚ ਇੱਕ ਵੱਡਾ ਸਿੱਖ ਅਜਾਇਬ ਘਰ ਬਣਾਇਆ ਜਾਵੇ, ਜਿਹ 'ਚੋਂ ਨਾਨਕ ਸ਼ਾਹੀ ਸਿੱਕੇ ਹੋਣ, ਚਾਹੇ ਉਹ ਸਾਡੇ ਗ੍ਰੰਥ ਹੈ, ਚਾਹੇ ਹਥਿਆਰ ਨੇ, ਉਹ ਰੱਖੇ ਜਾਣ, ਆਉਣ ਵਾਲੀ ਜਨਰੇਸ਼ਨ ਨੂੰ ਉਹਨਾਂ ਬਾਰੇ ਦੱਸਿਆ ਜਾਵੇ। ਜੀ ਜੀ। ਔਰ ਜਿੱਦਾਂ ਕਿ ਨਰਿੰਦਰ ਪਾਲ ਜੀ ਨੇ ਗੱਲ ਕੀਤੀ, ਗੱਲਾਂ ਗੱਲਾਂ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਇਹਨਾਂ ਕੋਲ ਸਿੱਖ ਇਤਿਹਾਸ ਨਾਲ ਜੁੜੇ ਹੋਏ ਗ੍ਰੰਥ ਔਰ ਜਿਹੜੀਆਂ ਪੋਥੀਆਂ ਉਹਨਾਂ ਤੋਂ ਇਲਾਵਾ ਹੋਰ ਵੀ ਬੇਸ਼ੁਮਾਰ ਸਮਾਨ ਹੈ ਜਿਨ੍ਹਾਂ ਦੇ ਵਿੱਚ ਸਿੱਖ ਇਤਿਹਾਸ ਨਾਲ ਜੁੜੇ ਹੋਏ ਸਿੱਕੇ ਆਉਂਦੇ। ਸੋ ਸਿੱਖ ਇਤਿਹਾਸ ਨਾਲ ਜੁੜੇ ਹੋਏ ਸਿੱਕਿਆਂ ਬਾਰੇ ਵੀ ਆਪਾਂ ਚਾਨਣਾ ਪਾਉਂਦੇ ਹਾਂ, ਕਿਹੜੇ ਕਿਹੜੇ ਸਿੱਕੇ ਨੇ, ਕਿਹੜੇ ਕਿਹੜੇ ਸਨ ਤੋਂ ਸਟਾਰਟ ਹੋਏ ਨੇ, ਕਿੰਨੀ ਉਹਨਾਂ ਦੀ ਤਦਾਦ ਹੈ ਔਰ ਕੀ ਖਾਸੀਅਤ ਹੈ ਉਹਨਾਂ ਸਿੱਕਿਆਂ ਦੀ, ਨਰਿੰਦਰ ਪਾਲ ਜੀ? ਹਾਂਜੀ, ਸਿੱਕਿਆਂ ਦਾ ਜਿੱਥੋਂ ਤੱਕ ਤਾਲੁਕ ਆ, ਮੈਂ ਸਕੂਲ ਟਾਈਮ ਤੋਂ ਸਿੱਕੇ ਇਕੱਠੇ ਕਰਦਾ ਅਤੇ ਉਹਦੇ ਵਿੱਚ ਮੇਰੇ ਕੋਲ ਪਿਛਲੇ 2600 ਸਾਲ 'ਚ 600 BC ਤੋਂ ਅੱਜ ਤੱਕ ਹਿੰਦੁਸਤਾਨ 'ਚ ਕਿਹੜੇ ਕਿਹੜੇ ਰਾਜੇ ਆਏ ਉਹਨਾਂ ਦੇ ਸਿੱਕੇ, ਉਸ ਤੋਂ ਇਲਾਵਾ ਸਾਰੀ ਦੁਨੀਆ ਭਰ ਦੇ ਸਿੱਕੇ, ਅਲੱਗ ਅਲੱਗ ਦੇਸ਼ਾਂ 'ਚ ਕਿਹੜੀ ਕਿਹੜੀ ਕਰੰਸੀ ਚੱਲਦੀ ਹੈ, ਉਹ ਮੈਂ ਇਕੱਠੀ ਕੀਤੀ। ਅਤੇ ਉਹਦੇ ਵਿੱਚ ਵੀ ਖਾਸ ਗੱਲ ਇਹ ਕਿ ਜਦੋਂ ਮੈਂ ਪੰਜਾਬ ਦੇ ਸਿੱਕੇ ਇਕੱਠੇ ਕੀਤੇ ਤਾਂ ਮੈਂ 600 BC ਤੋਂ ਅੱਜ ਤੱਕ ਦਾ ਪੰਜਾਬ ਕਰਦੇ ਕਰਦੇ ਸਿੱਖਾਂ 'ਤੇ ਆ ਕੇ ਮੇਰੀ ਸੂਈ ਉੱਥੇ ਰੁਕ ਗਈ ਪਈ। ਮੈਨੂੰ ਉਹ ਵਿਲੱਖਣ ਲੱਗੇ ਕਿਉਂਕਿ ਉਹ ਸਿੱਕੇ ਨਾਨਕ ਸ਼ਾਹੀ ਸਿੱਕੇ ਸੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਜਾਰੀ ਕੀਤੇ ਗਏ, ਜਾਂ ਉਹਨਾਂ ਦੇ ਸਕਸੈਸਰ ਵੱਲੋਂ, ਜਾਂ ਪਹਿਲਾਂ ਸਿੱਖ ਮਿਸਲਾਂ ਨੇ ਜਾਰੀ ਕੀਤੇ। ਉਹਨਾਂ ਸਿੱਕਿਆਂ ਦੀ ਇੱਕੋ ਹੀ ਖਾਸੀਅਤ ਮੈਨੂੰ ਲੱਗੀ ਕਿ ਦੁਨੀਆ ਭਰ ਦੇ ਸਿੱਕੇ ਜਦੋਂ ਮੈਂ ਰੱਖੇ ਤਾਂ ਉਹ 'ਚ ਦੇਖਦਾ ਕਿ ਚਾਹੇ ਉਹ ਗ੍ਰੀਕ ਸੀਗੇ, ਰੋਮਨ ਸੀ, ਮੁਗਲ ਆਏ, ਚਾਹੇ ਉਹ ਬ੍ਰਿਟਿਸ਼ਰ ਆਏ, ਸਾਰਿਆਂ ਨੇ ਆਪਣਾ ਨਾਂ ਦਾ ਸਿੱਕਾ ਜਾਰੀ ਕੀਤਾ, ਆਪਣੀ ਤਸਵੀਰ ਬਣਾ ਕੇ ਸਿੱਕਾ ਜਾਰੀ ਕੀਤਾ। ਸਿੱਖ ਸਿੱਕਿਆਂ 'ਚ ਮੈਨੂੰ ਇੱਕ ਵਿਲੱਖਣ ਗੱਲ ਇਹ ਲੱਗੀ ਕਿ ਇਹ ਦੁਨੀਆ ਦੀ ਇੱਕੋ ਇੱਕ ਕਰੰਸੀ ਹੈ ਜਿਹਦੇ ਉੱਪਰ ਰਾਜੇ ਨੇ ਆਪਣਾ ਨਾਂ ਨਾ ਲਿਖ ਕੇ ਗੁਰੂ ਦੇ ਨਾਂ 'ਤੇ ਸਿੱਕਾ ਜਾਰੀ ਕੀਤਾ। ਇਹ ਦੁਨੀਆ ਦੀ ਇੱਕੋ ਹੀ ਕਰੰਸੀ ਸੀ, ਚਾਹੇ ਉਹ ਸਿੱਖ ਮਿਸਲਾਂ ਸੀ, ਚਾਹੇ ਮਹਾਰਾਜਾ ਰਣਜੀਤ ਸਿੰਘ ਨੇ ਜਾਰੀ ਕੀਤੇ। ਰਣਜੀਤ ਸਿੰਘ ਨੇ ਕਿਸੇ ਸਿੱਕੇ 'ਤੇ ਆਪਣਾ ਨਾਂ ਨਹੀਂ ਲਿਖਿਆ, ਹਰ ਸਿੱਕੇ 'ਤੇ ਨਾਨਕ ਗੁਰੂ ਗੋਬਿੰਦ ਸਿੰਘ ਲਿਖਿਆ। ਚਾਹੇ ਉਹ ਗੁਰਮੁਖੀ ਦੇ ਸਿੱਕੇ ਜਿਹੜੇ ਤਾਂਬੇ ਦੇ ਪੈਸੇ ਸੀ ਉਹ ਗੁਰਮੁਖੀ ਦੇ ਵਿੱਚ, ਉਹ 'ਤੇ ਵੀ ਅਕਾਲ ਸਾਹਿਬ ਗੁਰੂ ਨਾਨਕ ਜੀ। ਜਿਹੜੇ ਫਾਰਸੀ ਦੇ ਸਿੱਕੇ ਆ ਉਹਨਾਂ 'ਤੇ ਵੀ ਫਾਰਸੀ ਦੇ ਵਿੱਚ ਵੀ ਨਾਨਕ ਗੁਰੂ ਗੋਬਿੰਦ ਸਿੰਘ, ਹਰ ਸਿੱਕੇ 'ਤੇ ਤੁਹਾਨੂੰ ਗੁਰੂ ਦਾ ਨਾਂ ਲਿਖਿਆ ਮਿਲੇਗਾ। ਮਹਾਰਾਜਾ ਰਣਜੀਤ ਸਿੰਘ ਸਿੱਖ ਮਿਸਲਾਂ 'ਤੇ ਕਿਸੇ ਨੇ ਵੀ ਇਹ ਸਿੱਕੇ 'ਤੇ ਆਪਣਾ ਨਾਂ ਨਹੀਂ ਲਿਖਿਆ। ਇਹ ਦੁਨੀਆ ਦੀ ਇੱਕੋ ਹੀ ਕਰੰਸੀ ਹੈ, ਇਸੇ ਕਰਕੇ ਮੈਨੂੰ ਇਹ ਹੋਇਆ ਕਿ ਕਿਉਂ ਨਾ ਮੈਂ ਇਹ ਸਾਰੇ ਸਿੱਕੇ ਇਕੱਠੇ ਕਰ ਲਵਾਂ। ਔਰ ਕਿੰਨਾ ਵਿਸ਼ਾਲ ਔਰ ਕਿੰਨਾ ਇੰਪੋਰਟੈਂਟ ਹੈ ਇਹ ਲੋਕਾਂ ਨੂੰ ਦੱਸਣਾ ਜਿਨ੍ਹਾਂ ਨੂੰ ਨਹੀਂ ਪਤਾ। ਸਿੱਖਾਂ ਨੂੰ ਵੀ ਸ਼ਾਇਦ 100% ਸਿੱਖਾਂ ਨੂੰ ਕੀ 50% ਸਿੱਖਾਂ ਨੂੰ ਵੀ ਨਹੀਂ ਪਤਾ ਕਿ ਸਾਡਾ ਆਪਣਾ ਸਿੱਕਾ ਚੱਲਦਾ ਰਿਹਾ। 1699 ਦੇ ਵਿੱਚ ਗੁਰੂ ਸਾਹਿਬ ਨੇ ਇੱਕ ਖਾਲਸਾ ਪੰਥ ਦੀ ਸਥਾਪਨਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ, ਅਤੇ 1721 ਦੇ ਵਿੱਚ 18 ਦੇ ਵਿੱਚ ਵੀ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ 'ਤੇ ਅਟੈਕ ਕੀਤਾ। ਤੁਸੀਂ ਇਹ ਦੇਖੋ ਕਿ ਇੱਕ ਕੋਈ ਵੀ ਦੁਨੀਆ ਦੀ ਕੌਮ ਹਜ਼ਾਰਾਂ ਸਾਲ ਗੁਲਾਮ ਰਹੀ, ਉਹ ਉਹਨੂੰ ਹਜ਼ਾਰਾਂ ਸਾਲ ਕੁੱਟ ਖਾਧੀ ਉਹਨਾਂ ਨੇ, ਚਾਹੇ ਉਹ ਮੰਗੋਲ ਆਏ ਉਹਨਾਂ ਨੇ ਕੁੱਟਿਆ, ਗ੍ਰੀਕਸ ਆਏ, ਚਾਹੇ ਮੁਗਲ ਆਏ, ਉਹ ਅੰਗਰੇਜ਼ ਆਏ, ਉਹਨਾਂ ਨੇ ਵੀ ਉਹਨਾਂ ਨੂੰ ਦਬਾਇਆ, ਸ਼ੋਸ਼ਣ ਕੀਤਾ। ਪਰ ਸਿੱਖ ਕੌਮ ਦੁਨੀਆ ਦੀ ਇੱਕੋ ਹੀ ਕੌਮ ਹੈ ਜਿਹੜੀ 1699 'ਚ ਪੈਦਾ ਹੋ ਰਿਹਾ ਖਾਲਸਾ ਪੰਥ, 21 ਸਾਲ ਦੀ ਉਮਰ 'ਚ ਉਹਨਾਂ ਦਾ ਆਪਣਾ ਝੰਡਾ, ਆਪਣਾ ਨਿਸ਼ਾਨ, ਆਪਣੀ ਸਟੇਟ, ਆਪਣਾ ਸਿੱਕਾ। ਬਿਲਕੁਲ, ਉਹ ਸਿੱਕੇ 'ਤੇ ਵੀ ਆਪਣਾ ਨਾਂ ਨਾ ਲਿਖ ਕੇ ਗੁਰੂ ਦਾ ਨਾਂ ਲਿਖਿਆ। ਇਹੀ ਕਾਰਨ ਸੀ ਮੈਂ ਇਹ ਇਕੱਠੇ ਕੀਤੇ ਵੀ ਦੁਨੀਆ ਭਰ ਦੇ ਸਿੱਕਿਆਂ ਨਾਲੋਂ ਇਹ ਸਿੱਕੇ ਵਿਲੱਖਣ ਨੇ। ਨਾਨਕ ਸ਼ਾਹੀ ਸਿੱਕਾ ਦੱਸਣਾ ਚਾਹੀਦਾ ਸਿੱਖ ਕੌਮ ਨੂੰ, ਪਤਾ ਲੱਗੇ ਕਿ ਸਾਡਾ ਆਪਣਾ ਸਿੱਕਾ ਚੱਲਦਾ ਰਿਹਾ, ਸਾਡੇ ਗੁਰੂ ਦੇ ਨਾਂ 'ਤੇ ਇੰਡੀਆ 'ਚ ਸਿੱਕਾ ਚੱਲਿਆ। ਇੱਕ ਇਹੋ ਜਿਹਾ ਕਿੱਤਾ ਵੀ ਸੀ ਜਿੱਥੇ ਗੁਰੂ ਦੇ ਨਾਂ 'ਤੇ, ਸਿੱਖ ਗੁਰੂਆਂ ਦੇ ਨਾਂ 'ਤੇ ਸਿੱਕਾ ਚੱਲਿਆ, ਅਤੇ ਜਦੋਂ ਸਾਰਾ ਹਿੰਦੁਸਤਾਨ ਦੇਖੋ ਅੰਗਰੇਜ਼ਾਂ ਨੇ ਆਪਣੇ ਅੰਡਰ ਲੈ ਲਿਆ ਸੀ, ਜਿਹਨਾਂ ਦੀ ਉਸ ਟਾਈਮ 'ਤੇ ਕਹਿੰਦੇ ਸੂਰਜ ਨਹੀਂ ਸੀ ਉਹਨਾਂ ਦਾ ਡੁੱਬਦਾ, ਕਿਉਂਕਿ ਜਦੋਂ ਇੰਗਲੈਂਡ 'ਚ ਸੂਰਜ ਚੜਿਆ ਹੁੰਦਾ ਸੀ ਇੰਡੀਆ 'ਚ ਰਾਤ ਹੁੰਦੀ ਸੀ, ਅਤੇ ਇੰਗਲੈਂਡ 'ਚ ਜਦੋਂ ਉੱਥੇ ਰਾਤ ਹੁੰਦੀ ਸੀ ਇੰਡੀਆ 'ਚ ਸੂਰਜ ਚੜਿਆ, ਕਹਿੰਦੇ ਉਹਨਾਂ ਦੇ ਰਾਜ 'ਚ ਸੂਰਜ ਨਹੀਂ ਸੀ ਡੁੱਬਦਾ। ਉਸ ਟਾਈਮ ਵੀ ਜਦੋਂ ਸਾਰੇ ਹਿੰਦੁਸਤਾਨ 'ਤੇ ਅੰਗਰੇਜ਼ਾਂ ਦਾ ਕਬਜ਼ਾ ਸੀ, ਪੰਜਾਬ 'ਚ ਫਿਰ ਵੀ ਨਾਨਕ ਸ਼ਾਹੀ ਸਿੱਕਾ ਚੱਲ ਰਿਹਾ ਸੀ। ਰਣਜੀਤ ਸਿੰਘ ਦੀ ਮੌਤ ਤੋਂ ਵੀ 10 ਸਾਲ ਬਾਅਦ ਜਾ ਕੇ ਪੰਜਾਬ 'ਤੇ ਕਬਜ਼ਾ ਹੋਇਆ। ਜਦੋਂ ਸਾਰੀ ਐਡੀ ਵੱਡੀ ਦੁਨੀਆ ਦੀ ਪਾਵਰ ਜਿਹਨੇ ਸਾਰੀ ਦੁਨੀਆ ਨੂੰ ਜਿੱਤ ਲਿਆ, ਸਾਰੇ ਹਿੰਦੁਸਤਾਨ 'ਤੇ ਕਬਜ਼ਾ ਕਰ ਲਿਆ, ਉਹ ਵੀ ਸਤਲੁਜ ਨਹੀਂ ਟੱਪ ਸਕੇ ਸੀ ਜਦ ਤੱਕ ਮਹਾਰਾਜਾ ਰਣਜੀਤ ਸਿੰਘ ਜਿੰਦਾ ਸੀ। ਅਤੇ ਉਹਨਾਂ ਸਿੱਕਿਆਂ ਨੂੰ ਸੰਭਾਲਣਾ ਅਤੇ ਉਹਨਾਂ ਨੂੰ ਦੱਸਣਾ ਆਪਣੀ ਜਨਰੇਸ਼ਨ ਨੂੰ ਕਿ ਇਹ ਸਾਡੇ ਸਿੱਕੇ ਦੀ ਵਿਲੱਖਣਤਾ ਕੀ ਹੈ, ਇਹ ਗੁਰੂਆਂ ਦੇ ਨਾਂ 'ਤੇ ਚੱਲਿਆ ਹੋਇਆ ਸਿੱਕਾ, ਇਸ ਕਰਕੇ ਮੈਂ ਇਹ ਸਿੱਕੇ
ਚਾਹੇ ਉਹ ਰਣਜੀਤ ਸਿੰਘ ਦੀਆਂ ਮਿਸਲਾਂ, ਜਿਹੜੇ ਰਣਜੀਤ ਸਿੰਘ ਨੇ ਆਪਣੀਆਂ ਟਕਸਾਲਾਂ ਬਣਾਈਆਂ ਸੀ, ਅੰਮ੍ਰਿਤਸਰ ਹੈ, ਲਾਹੌਰ ਹੈ, ਮੁਲਤਾਨ ਹੈ, ਪਿਸ਼ਾਵਰ, ਡੇਰਾ ਜਾਟ, ਡੇਰਾ ਗਾਜ਼ੀ ਖਾਂ, ਮਨਕੇਰਾ, ਉਹ ਸਾਰੀਆਂ ਟਕਸਾਲਾਂ ਤੋਂ ਇਲਾਵਾ ਜਿਹੜੀਆਂ ਕਈ ਇਹੋ ਜਿਹੀਆਂ ਇਤਿਹਾਸ 'ਚ ਵੀ ਚੀਜ਼ਾਂ ਲੁਕੋ ਲਈਆਂ ਗਈਆਂ ਜਿਹ 'ਚ ਸਿੱਖਾਂ ਦੀ ਮਹਾਨਤਾ ਨੂੰ ਘਟਾਉਣ 'ਚ ਉਹ ਸਹਾਈ ਹੋਈਆਂ। ਜੈਪੁਰ ਵਾਲੇ ਕਹਿੰਦੇ ਆ ਕਿ ਅੱਜ ਤੱਕ ਜੈਪੁਰ ਕਿਸੇ ਕੋਲੋਂ ਹਾਰੇ ਨਹੀਂ, ਪਰ ਮੇਰੇ ਕੋਲ ਇੱਕ ਸਿੱਕਾ ਵਾ ਜਿਹੜਾ ਸਿੱਖਾਂ ਨੇ ਜੈਪੁਰ 'ਤੇ ਹਮਲਾ ਕੀਤਾ, ਉੱਥੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਨਾਂ ਦਾ ਸਿੱਕਾ ਜਾਰੀ ਕੀਤਾ ਜੈਪੁਰ ਤੋਂ, ਉਹ ਸਿੱਕਾ ਮੇਰੇ ਕੋਲ ਹੈ। ਹੁਣ ਇਹ ਲੋਕ ਜਿਵੇਂ ਇਤਿਹਾਸ 'ਚ ਵਿਗਾੜਿਆ ਗਿਆ ਜਾਂ ਇੱਥੇ ਤੱਕ ਹੀ ਸੀਮਤ ਕਰਤਾ ਗਿਆ ਕਿ ਲਾਲ ਕਿਲ੍ਹਾ ਸਿੱਖਾਂ ਨੇ ਜਿੱਤ ਕੇ ਉਹ ਫਿਰ ਉਹਨਾਂ ਦੇ ਹਵਾਲੇ ਕਰਤਾ ਸੀ, ਉੱਥੇ ਗੁਰਦੁਆਰਾ ਸਾਹਿਬ ਬਣਾ ਤੇ ਸੀ ਕਿ ਦਿੱਲੀ ਤੋਂ ਸਿੱਖ ਅੱਗੇ ਨਹੀਂ ਗਏ, ਪਰ ਸਾਡੇ ਕੋਲ ਉਹ ਸਿੱਕੇ ਹੈ ਕਿ ਸਿੱਖਾਂ ਨੇ ਦਿੱਲੀ 'ਤੇ ਵੀ ਦਿੱਲੀ 'ਤੇ ਹਮਲਾ ਕੀਤਾ ਸੀ, ਲਾਲ ਕਿਲ੍ਹਾ ਵੀ ਜਿੱਤਿਆ ਸੀ, ਉੱਥੇ ਨਿਸ਼ਾਨ ਸਾਹਿਬ ਲਹਿਰਾਇਆ ਸੀ, ਉਸ ਤੋਂ ਇਲਾਵਾ ਯੂਪੀ ਦੇ ਵਿੱਚ ਨਜੀਬਾਬਾਦ ਦੀ ਜਗ੍ਹਾ ਤੋਂ ਸਿੱਖਾਂ ਦਾ ਸਿੱਕਾ ਨਿਕਲਿਆ, ਮੇਰੇ ਕੋਲ ਉਹ ਵੀ ਸਿੱਕਾ, ਨਜੀਬਾਬਾਦ ਮਿੰਟ ਹੈ ਟਕਸਾਲ ਨਜੀਬਾਬਾਦ ਦੀ, ਸ਼ਾਹ ਆਲਮ ਦੇ ਇਲਾਕੇ 'ਚ, ਉੱਥੇ ਸਿੱਖਾਂ ਨੇ ਸਿੱਕਾ ਜਾਰੀ ਕੀਤਾ ਗੁਰੂ ਗੋਬਿੰਦ ਸਿੰਘ ਲਿਖ ਕੇ। ਜੈਪੁਰ ਦੇ ਵਿੱਚ ਸਿੱਖਾਂ ਨੇ ਹਮਲਾ ਕਰਕੇ 3 ਮਹੀਨੇ ਸਿੱਖ ਉੱਥੇ ਰਹੇ, ਉੱਥੋਂ ਗੁਰੂ ਗੋਬਿੰਦ ਸਿੰਘ ਦੇ ਨਾਂ ਦਾ ਸਿੱਕਾ ਜਾਰੀ ਕੀਤਾ। ਇਹ ਸਿੱਕਾ ਇੱਕ ਔਥੈਂਟਿਕ ਪਰੂਫ ਹੈ ਤੁਹਾਡੇ ਕੋਲ, ਇੱਕ ਸਬੂਤ ਹੈ ਕਿ ਸਾਡੀਆਂ ਹੱਦਾਂ ਕਿੱਥੇ ਕਿੱਥੇ ਸੀ, ਸਿੱਖ ਰਾਜ ਦੀਆਂ ਕਿੱਥੇ ਕਿੱਥੇ ਹੱਦਾਂ ਸੀ, ਉਹਨਾਂ ਨੇ ਕਿੰਨੇ ਇਲਾਕੇ ਜਿੱਤੇ, ਕਿੱਥੇ ਕਿੱਥੇ ਹਮਲਾ ਕੀਤਾ, ਕਿਹੜਾ ਇਲਾਕਾ ਜਿੱਤਿਆ, ਅਟਕ ਤੋਂ ਪਾਰ ਪਿਸ਼ਾਵਰ, ਮੁਲਤਾਨ, ਜਿਹੜੇ ਇਲਾਕੇ ਜਿੱਤੇ ਨਹੀਂ ਸੀ ਗਏ ਕਿਸੇ ਕੋਲੋਂ, ਉਹ ਸਿੱਖਾਂ ਨੇ ਉਹ ਇਲਾਕੇ ਵੀ ਜਿੱਤੇ, ਅਫਗਾਨਿਸਤਾਨ ਤੱਕ ਸਿੱਖਾਂ ਨੇ ਜਿੱਤ ਲਿਆ, ਕਸ਼ਮੀਰ ਜਿਹੜਾ ਇਲਾਕਾ ਪਹਾੜੀ ਇਲਾਕਾ ਗਿਣਿਆ ਜਾਂਦਾ ਸੀ ਅਤੇ ਉੱਥੇ ਕਸ਼ਮੀਰੀ, ਉੱਥੇ ਕਹਿੰਦੇ ਕੋਈ ਪਹੁੰਚ ਨਹੀਂ ਸਕਦਾ, ਸਿੱਖਾਂ ਨੇ ਕਸ਼ਮੀਰ ਵੀ ਜਿੱਤ ਲਿਆ। ਮਤਲਬ ਇਤਿਹਾਸ ਬਹੁਤ ਵੱਡਾ, ਲੇਕਿਨ ਕਿਤੇ ਨਾ ਕਿਤੇ ਆਪਣੇ ਹੀ ਲੋਕਾਂ ਦੀ ਖਾਮੀ ਕਰਕੇ, ਆਪਣੇ ਲੋਕਾਂ ਦੀਆਂ ਕਹਿ ਸਕਦੇ ਕਮੀਆਂ ਕਰਕੇ ਚੀਜ਼ਾਂ ਜਿਹੜੀਆਂ ਨੇ ਲੁਕ ਗਈਆਂ ਜਾਂ ਵਿੱਚੇ ਕਿਤੇ ਦਫਨ ਹੋ ਗਈਆਂ ਜਾਂ ਉਹਨਾਂ ਦਾ ਪਤਾ ਹੀ ਨਹੀਂ ਲੱਗਿਆ। ਸੋ ਅਜਿਹੀ ਜਾਣਕਾਰੀ ਸਾਡੇ ਵਾਸਤੇ ਹੋਣਾ ਬਹੁਤ ਜ਼ਰੂਰੀ ਔਰ ਵਾਕਈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਰੱਬ ਅੱਗੇ ਅਰਦਾਸ ਕਰਦੇ ਹਾਂ ਜਿਹੜੇ ਵੀ ਸ਼ੋਅ ਦੇਖ ਰਹੇ ਨੇ ਔਰ ਖੁਦ ਮੈਂ ਵੀ, ਕਿ ਜਿਹੜਾ ਤੁਹਾਡਾ ਮਿਊਜ਼ੀਅਮ ਬਣਨ ਦੀ ਇੱਕ ਇੱਛਾ ਹੈ ਉਹ ਜ਼ਰੂਰ ਜਲਦ ਤੋਂ ਜਲਦ ਪੂਰੀ ਹੋ ਜਾਵੇ, ਤਾਂ ਕਿ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੇ, ਆਉਣ ਵਾਲੀਆਂ ਨਸਲਾਂ ਨੇ, ਉਹਨਾਂ ਨੂੰ ਵਾਕਈ ਪਤਾ ਲੱਗੇ ਕਿ ਸਿੱਖ ਇਤਿਹਾਸ ਦੇ ਵਿੱਚ ਕੀ ਕੁਛ ਸੀਗਾ, ਜਿਨ੍ਹਾਂ ਬਾਰੇ ਜਾਣਕਾਰੀ ਤੁਸੀਂ ਸਾਨੂੰ ਦਿੱਤੀ ਹੈ। ਔਰ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਅਜਿਹੇ ਨੇ ਔਰ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਹਾਂ ਜਿਹਨੂੰ ਬਹੁਤ ਸਾਰੀਆਂ ਚੀਜ਼ਾਂ ਦੀ, ਬਹੁਤ ਸਾਰੀਆਂ ਗੱਲਾਂ ਦੀ ਜਿਹੜੀ ਜਾਣਕਾਰੀ ਨਹੀਂ ਸੀ। ਸੋ ਕੋਇਨਸ ਦੀ ਗੱਲ ਹੋ ਗਈ, ਸਿੱਖ ਮਿਸਲਾਂ ਦੇ ਬਾਰੇ ਤੁਸੀਂ ਦੱਸ ਦਿੱਤਾ, ਸਟੇਟ ਡਿਵਾਈਡਸ ਦੇ ਅਕੋਰਡਿੰਗ ਤੁਸੀਂ ਦੱਸਿਆ ਕਿ ਕਿਹੜੇ ਕਿਹੜੇ ਸਿੱਖੇ ਨੇ, ਔਰ ਹੋਰ ਕੀ ਜਿਹੜੀ ਜਿਹੜੀ ਗੱਲ ਰਹਿ ਨਾ ਜਾਵੇ, ਕਿਉਂਕਿ ਇਹ ਸ਼ੋਅ ਜਿਹੜਾ ਸਾਨੂੰ ਲੱਗਦਾ ਕਿ ਤਾਂ ਹੀ ਪੂਰਾ ਹੋਣਾ, ਵੈਸੇ ਤਾਂ ਕੰਪਲੀਟ ਹੋ ਚੁੱਕਿਆ, ਲੇਕਿਨ ਫਿਰ ਵੀ ਇਹ ਉਮੀਦ ਹੈ ਕਿ ਕੋਈ ਚੀਜ਼ ਜਿਹੜੀ ਨਰਿੰਦਰਪਾਲ ਸਿੰਘ ਜੀ ਕੋਲ ਮਿਸ ਨਾ ਹੋ ਜਾਵੇ, ਜਿਹੜੀ ਸਾਡੇ ਸਿੱਖ ਇਤਿਹਾਸ ਤੋਂ ਪਹਿਲੇ ਹੀ ਜਿਹੜੀ ਹੈ ਪਿੱਛੇ ਰਹਿ ਚੁੱਕੀ ਹੈ। ਸਿੱਖਾਂ ਦੇ ਸਿੱਕਿਆਂ ਤੋਂ ਇਲਾਵਾ ਮੈਨੂੰ ਇਹ ਵੀ ਇੱਕ ਥੋੜ੍ਹਾ ਸੀ ਕਿ ਜਿਹੜੇ ਕੁਛ ਉਹ ਸਟੇਟਾਂ ਸਿੱਖਾਂ ਦੀਆਂ ਵੀ ਰਿਆਸਤਾਂ ਸੀ, ਫੁਲਕੀਆਂ ਰਿਆਸਤ, ਚਾਹੇ ਉਹ ਸਿੱਖ ਇੱਕ ਸਿੱਖ ਰਾਜ ਦਾ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਭਾਗ ਨਹੀਂ ਸੀ ਜੀ, ਪਰ ਫਿਰ ਵੀ ਉਹ ਸਿੱਖ ਰਾਜਿਆਂ ਨੇ ਆਪਣੇ ਆਪਣੇ ਇਲਾਕੇ ਜਿਹੜੇ ਆ ਉਹਨਾਂ ਦੇ ਵਿੱਚ ਸਥਾਪਿਤ ਆਪਣੇ ਰਾਜ ਦੀ ਸਥਾਪਨਾ ਕੀਤੀ, ਜਿਨ੍ਹਾਂ 'ਚ ਪਟਿਆਲਾ ਡਾਇਨੈਸਟੀ ਹੈ, ਪਟਿਆਲਾ ਦੇ ਸਿੱਕੇ, ਕਿਉਂਕਿ ਉਹ ਸਿੱਖ ਰਾਜੇ ਸੀਗੇ, ਪਟਿਆਲਾ ਦੇ ਸਿੱਕੇ ਹੈ, ਨਾਭੇ ਦੇ ਸਿੱਕੇ ਹੈ, ਕੈਥਲ ਦੇ, ਜੀਂਦ ਦੇ, ਜਿੱਥੇ ਸਿੱਖ ਰਾਜਿਆਂ ਨੇ ਰਾਜ ਕੀਤਾ, ਉਹ ਸਿੱਕੇ ਵੀ ਮੈਂ ਇਕੱਠੇ ਕੀਤੇ ਆ, ਅਤੇ ਆਉਣ ਵਾਲੇ ਸਮੇਂ 'ਚ ਜਦੋਂ ਇੱਕ ਮਤਲਬ ਪ੍ਰੋਪਰ ਇਹਦਾ ਡਿਸਪਲੇ ਕੀਤਾ ਜਾਊਗਾ ਅਤੇ ਉਹਦੇ ਵਿੱਚ ਉਹ ਸਾਰੀਆਂ ਸਿੱਖ ਰਿਆਸਤਾਂ ਦੇ ਸਿੱਕੇ ਵੀ ਨਾਲ ਰੱਖੇ ਜਾਣਗੇ, ਚਾਹੇ ਉਹ ਪਹਿਲਾਂ ਤਾਂ ਰਣਜੀਤ ਸਿੰਘ ਤੋਂ ਪਹਿਲਾਂ 12 ਮਿਸਲਾਂ ਸੀ ਅਲੱਗ ਅਲੱਗ, ਰਣਜੀਤ ਸਿੰਘ ਨੇ ਇੱਕ ਪੂਰੇ ਸਿੱਖ ਰਾਜ ਦੀ ਸਥਾਪਨਾ ਕੀਤੀ, ਇਹ ਫੁਲਕੀਆਂ ਰਿਆਸਤਾਂ ਜਿਹੜੀਆਂ ਉਹ ਸਿੱਖ ਰਾਜ 'ਚ ਸ਼ਾਮਲ ਨਹੀਂ ਸੀ, ਉਸ ਖਾਲਸਾ ਰਾਜ 'ਚ ਨਹੀਂ ਸੀਗੀਆਂ, ਪਰ ਫਿਰ ਵੀ ਉਹ ਕਿਉਂਕਿ ਉਹ ਸਿੱਖ ਰਿਆਸਤਾਂ ਸੀ, ਸਿੱਖ ਰਾਜੇ ਸੀ, ਉਹਨਾਂ ਨੇ ਉਹ ਸਿੱਕੇ ਜਾਰੀ ਕੀਤੇ ਸੀ, ਅਤੇ ਮੇਰੀ ਕਲੈਕਸ਼ਨ ਦੇ ਵਿੱਚ ਮੈਂ ਹੁਣ ਉਹ ਵੀ ਮਿਊਜ਼ੀਅਮ 'ਚ ਡਿਸਪਲੇ ਕਰਾਂਗਾ ਜਿਹੜੀਆਂ ਪੰਜਾਬ ਦੀਆਂ ਸਿੱਖ ਰਿਆਸਤਾਂ ਸੀ ਜੀ। ਔਰ ਇਹ ਜਾਣਕਾਰੀ ਜਿੰਨੀ ਅਸੀਂ ਇਹਦੀ ਡੈਪਥ ਤੱਕ ਜਾਂਦੇ ਹਾਂ ਉਨੀ ਹੀ ਇਹ ਵੱਧਦੀ ਜਾਂਦੀ, ਕਿਉਂਕਿ ਹਰ ਚੀਜ਼ ਦਾ ਇੱਕ ਪਹਿਲੂ ਹੁੰਦਾ, ਲੇਕਿਨ ਇੱਕ ਪੰਨੇ ਨੂੰ ਜਦੋਂ ਅਸੀਂ ਖੋਲ੍ਹਦੇ ਹਾਂ ਤਾਂ ਫਿਰ ਸਾਨੂੰ ਪਤਾ ਲੱਗਦਾ ਕਿ ਉਹਦੇ ਵਿੱਚ ਲਿਖਿਆ ਹੋਇਆ ਇੱਕ ਇੱਕ ਅੱਖਰ ਕਿੰਨਾ ਇੰਪੋਰਟੈਂਟ ਹੈ, ਕਿੰਨਾ ਮਹੱਤਵਪੂਰਨ ਹੈ, ਔਰ ਜਿੰਦ ਜਾਨ ਲਾ ਕੇ ਉਹਦਾ ਇਤਿਹਾਸ ਜਿਹੜਾ ਰਚਿਆ ਗਿਆ, ਸਿਰਜਿਆ ਗਿਆ। ਲੇਕਿਨ ਕੁਝ ਚੀਜ਼ਾਂ, ਕੁਝ ਗੱਲਾਂ, ਕੁਝ ਅਜਿਹੀਆਂ ਜਿਹੜੀਆਂ ਇੰਪੋਰਟੈਂਟ ਸ਼ਖਸੀਅਤਾਂ ਜਿਨ੍ਹਾਂ ਦੀ ਬਦੌਲਤ ਇਹ ਸਾਰੀਆਂ ਚੀਜ਼ਾਂ ਨੂੰ ਗਾਂਹ ਜੋੜਨ ਦੇ ਲਈ, ਧੁਰ ਤੱਕ ਪਹੁੰਚਾਉਣ ਦੇ ਲਈ, ਆਉਣ ਵਾਲੇ ਜਿਹੜੇ ਯੰਗ ਯੂਥ ਹੈ, ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਇੱਦਾਂ ਦੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ। ਯੈਸ, ਇਹ ਹੁਣ ਹਥਿਆਰ ਹੈ ਗੰਡਾਸਾ ਜੀ, ਆਪਣੇ ਆਮ ਪੰਜਾਬੀ ਕਲਚਰ 'ਚ ਗੰਡਾਸਾ ਸੁਣਦੇ ਹਾਂ, ਇਹ ਬਹੁਤ ਮਾਰੂ ਹਥਿਆਰ ਹੁੰਦਾ ਕਿ ਇੱਕ ਡਾਂਗ ਦੇ ਨਾਲ ਇਹਨੂੰ ਲਗਾਤਾ ਜਾਂਦਾ ਅਤੇ ਬਹੁਤ ਦੂਰੋਂ ਵੀ ਮਾਰ ਕਰਨ ਦੀ ਸਮਰੱਥਾ ਰੱਖਦਾ ਕਿ 6-7 ਫੁੱਟ 'ਤੇ ਵੀ ਦੁਸ਼ਮਣ ਖੜ੍ਹਾ ਅਤੇ ਇਹ ਗੰਡਾਸੇ ਦੀ ਮਾਰ ਤੋਂ ਬਚ ਨਹੀਂ ਸਕਦਾ। ਇਹਦੇ ਵਿੱਚ ਅਲੱਗ ਅਲੱਗ ਸ਼ੇਪ ਦੇ ਬਲੇਡਸ ਆਉਂਦੇ ਆ, ਵੀ ਅਲੱਗ ਅਲੱਗ ਸ਼ੇਪ ਇਹਦੀਆਂ ਬਣਾਈਆਂ ਗਈਆਂ, ਜਿਵੇਂ ਗੰਡਾਸਾ ਆਮ ਤੌਰ 'ਤੇ ਦੇਸੀ, ਜਿਵੇਂ ਆਪਣਾ ਪੰਜਾਬ ਦਾ ਆਹ ਕਲਚਰ, ਇੱਦਾਂ ਦਾ ਗੰਡਾਸੇ ਮਿਲਦੇ, ਪਰ ਗੰਡਾਸੇ ਦੇ ਵਿੱਚ ਵੀ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਗੰਡਾਸਿਆਂ ਦੀ ਸ਼ੇਪਸ, ਉਹਨਾਂ ਦੇ ਬਲੇਡ,
ਉਹਨਾਂ ਦਾ ਐਂਗਲ, ਉਹਨਾਂ ਦਾ ਡਿਜ਼ਾਈਨ ਅਲੱਗ ਅਲੱਗ ਕਲਾਕਾਰਾਂ ਨੇ, ਕਾਰੀਗਰਾਂ ਨੇ ਅਲੱਗ ਅਲੱਗ ਤਰੀਕੇ ਨਾਲ ਬਣਾਏ। ਇਹ ਸਫਾ ਜੰਗ ਕਹਿੰਦੇ ਜੀ ਇਹਨੂੰ, ਸਫਾ ਜੰਗ। ਇਹ ਹਥਿਆਰ ਵੀ ਬਹੁਤ ਵਧੀਆ ਕਾਰੀਗਰੀ ਇੱਥੇ ਦਿਖਾਈ ਗਈ, ਅਤੇ ਬਹੁਤ ਨਕਾਸ਼ੀ ਕਰਕੇ ਤਾਂਬੇ ਅਤੇ ਪਿੱਤਲ ਦਾ ਵਿੱਚ ਡਿਜ਼ਾਈਨ ਬਣਾ ਕੇ ਇਹਨੂੰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਇਹ ਵੀ ਬਹੁਤ ਮਾਰੂ ਹਥਿਆਰ ਹੈ, ਇਹਦੇ ਥੱਲੇ ਇੱਕ ਡਾਂਗ ਲੱਗ ਜਾਂਦੀ ਹੈ, 6 ਤੋਂ 7 ਫੁੱਟ ਤੱਕ ਦੀ ਮਾਰ ਇਹ ਕਰ ਸਕਦਾ। ਫਿਰ ਆ ਜਾਂਦੇ ਜੀ ਬਰਛਾ, ਜਿਹਨੂੰ ਨੇਜਾ ਵੀ ਕਹਿੰਦੇ ਹਾਂ ਅਸੀਂ, ਨੇਜੇ ਬਰਛੇ। ਇਹਦੇ ਉੱਤੇ ਇੱਕ ਥੱਲੇ ਡਾਂਗ ਲੱਗਦੀ ਹੈ, ਉਹ ਡਾਂਗ ਦੇ ਅੱਗੇ ਇਹ ਬਲੇਡ ਲੱਗ ਜਾਂਦਾ, ਇਹ ਸਿੱਧਾ ਮਾਰਨ ਲਈ ਵੀ ਕੰਮ ਆਉਂਦਾ ਅਤੇ ਉਸ ਤੋਂ ਬਿਨਾਂ ਲੜਨ ਲਈ ਵੀ ਕੰਮ ਆ ਜਾਂਦਾ। ਹਰ ਸ਼ਸਤਰ ਆਪਣੇ ਆਪ ਦੇ ਵਿੱਚ ਮੂੰਹੋਂ ਬੋਲਦਾ ਹੈ, ਉਹਦਾ ਇੱਕ ਮਤਲਬ ਹੈ ਉਹ ਬਣਾਉਣ ਦਾ, ਉਹਦੀ ਸ਼ੇਪ, ਉਹਦਾ ਸਾਈਜ਼, ਉਹਦਾ ਤਿੱਖਾਪਨ, ਉਹਦਾ ਮੋਟਾਪਨ, ਉਹਦੇ ਮੁੱਠੇ ਦੀ ਪਕੜ, ਹੈਂਡ ਦੇ ਵਿੱਚ ਗ੍ਰਿਪ, ਜੇ ਤੁਸੀਂ ਉਹਨੂੰ ਕਿਸੇ ਸ਼ਸਤਰ ਨੂੰ ਥੱਲਿਓਂ ਦੀ ਪਕੜਨਾ, ਕਿਸੇ ਨੂੰ ਉੱਪਰ ਦੀ ਮੁੱਠਾ, ਕਿਸੇ ਦੇ ਸੈਂਟਰ ਦੇ ਵਿੱਚ ਮੁੱਠਾ, ਮਤਲਬ ਹਰ ਤਰੀਕੇ ਦੇ ਨਾਲ, ਹਰ ਤਰੀਕੇ ਦੇ ਵਾਰ ਕਰਨ ਦੇ ਨਾਲ ਆਪਣੀ ਸੈਲਫ ਡਿਫੈਂਸ ਦੇ ਲਈ ਉਹਨੂੰ ਸ਼ੇਪ ਦਿੱਤੀ ਗਈ, ਉਹਦਾ ਨਾਮ ਦਿੱਤਾ ਗਿਆ, ਜੋ ਆਪਣੇ ਆਪ ਦੇ ਵਿੱਚ ਬਾਕਮਾਲ ਹੈ। ਸੋ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਚੀਜ਼ਾਂ ਸੀ, ਜਿੰਨੀਆਂ ਵੀ ਅਵਸਥਾ ਸੀ, ਜੇ ਉਹ ਗ੍ਰੰਥਾਂ ਦੀ ਗੱਲ ਕਰ ਲਈਏ, ਪੋਥੀਆਂ ਦੀ ਗੱਲ ਕਰ ਲਈਏ, ਸਿੱਖ ਇਤਿਹਾਸ ਨਾਲ ਜੁੜੇ ਹੋਏ, ਸਿੱਖ ਰਿਆਸਤਾਂ ਦੇ ਨਾਲ ਜੁੜੇ ਹੋਏ, ਕੋਇਨਸ, ਸਿੱਕਿਆਂ ਦੀ ਗੱਲ ਕਰੀਏ, ਅਤੇ ਉਸ ਤੋਂ ਬਾਅਦ ਸ਼ਸਤਰ ਦੀ ਗੱਲ ਕਰੀਏ, ਬਹੁਤ ਸਾਰਾ ਸਮਾਨ ਹੈ ਸਰਦਾਰ ਨਰਿੰਦਰਪਾਲ ਸਿੰਘ ਜੀ ਕੋਲ, ਲੇਕਿਨ ਮੈਨੂੰ ਲੱਗਦਾ ਕਿ ਸਾਡੇ ਕੋਈ ਸਮਾਂ ਜਿਹੜਾ ਘੱਟ ਹੈ, ਇਸ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕੁਝ ਹੋਰ ਚੀਜ਼ਾਂ ਜਿਹੜੀਆਂ, ਬਹੁਤ ਸਾਰੀਆਂ ਚੀਜ਼ਾਂ, ਉਹ ਕਿਸੇ ਵੱਖਰੇ ਸਮੇਂ ਦੇ ਵਿੱਚ, ਕਿਸੇ ਹੋਰ ਐਪੀਸੋਡ ਦੇ ਵਿੱਚ ਦੁਬਾਰਾ ਤੁਹਾਨੂੰ ਦਿਖਾਈਆਂ ਜਾਣ। ਅੱਜ ਦੇ ਲਈ ਇੰਨਾ ਹੀ, ਔਰ ਮੈਨੂੰ ਉਮੀਦ ਹੈ ਕਿ ਜਿਹੜਾ ਵੀ ਜਿਹੜੇ ਇਤਿਹਾਸ ਤੋਂ ਅਸੀਂ ਜਾਣੂ ਹੋਏ ਹਾਂ, ਉਹ ਇਤਿਹਾਸ ਭਾਵੇਂ ਸਾਨੂੰ ਪਹਿਲੇ ਉਹਦੀ ਬਾਰੇ ਪਤਾ ਸੀ, ਲੇਕਿਨ ਕਿਤੇ ਨਾ ਕਿਤੇ ਕੁਝ ਕਮੀਆਂ ਜਿਹੜੀਆਂ ਸਾਡੇ ਵਿੱਚ ਵੀ ਨੇ, ਔਰ ਉਹ ਕਮੀਆਂ ਜਿਹੜੀਆਂ ਅੱਜ ਇਸ ਸ਼ੋਅ ਦੇ ਵਿੱਚ ਪੂਰੀਆਂ ਕੀਤੀਆਂ ਗਈਆਂ ਨੇ ਨਰਿੰਦਰਪਾਲ ਸਿੰਘ ਜੀ ਹੁਣਾਂ ਵੱਲੋਂ। ਔਰ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਭਰਪੂਰ ਜਾਣਕਾਰੀ ਦਿੱਤੀ ਔਰ ਸਾਡੀ ਜਾਣਕਾਰੀ ਦੇ ਵਿੱਚ ਵਾਧਾ ਕੀਤਾ। ਧੰਨਵਾਦ। ਧੰਨਵਾਦ।